ਵਾਹਿਗੁਰੂ ਜੀ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਸੁਤੀ ਅਪਰਾਧ ਕਰਤ ਕਹਿਣ ਜੇਤੇ ਜਨਨੀ ਚੇਤਨ ਰਾਖਸ ਤੇਤੇ ਰਾਮਈਆ ਕੋ ਬਾਰਕ ਤੇਰਾ ਪਾਕੇ ਨਾ ਖੰਡ ਸਿਆਵ ਗੁਣ ਮੇਰਾ ਕਾਕੇ ਨਾ ਖੰਡੋ ਜੀ ਆਵ ਗੁਣ ਮੇਰਾ ਆਵ ਗੁਣ ਮੇਰਾ ਕਾਕੇ ਨਾ ਖੰਡੋ ਜੀ ਆਵ ਗੁਣ ਮੇਰਾ ਆਵ ਗੁਣ ਮੇਰਾ ਬੋਲਿਆ ਕਰੋ ਹਾਂਜੀ ਕਾਕੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ ਕਾਕੇ ਨਾ ਖੰਡੋ ਜੀ ਅਵਗੁਣ ਮੇਰਾ ਅਵਗੁਣ ਮੇਰਾ ਆਵਗੁਣ 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 ਆਵਗੁਣ ਮੇਰਾ ਆਵਗੁਣ ਮੇਰਾ ਪਾਕੇ ਨਾ ਖੰਡੋ ਜੀ ਆਵਗੁਣ ਮੇਰਾ ਆਵਗੁਣ ਮੇਰਾ ਪਾਕੇ ਨਾ ਖੰਡੋ ਜੀ ਆਵਗੁਣ ਮੇਰਾ ਆਵਗੁਣ ਮੇਰਾ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਸਾਰੇ ਬਹੁਤ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਕਲਯੁਗ ਕੇ ਬੋਖੇਤ ਨਾਮ ਬਾਣੀ ਕੇ ਜਗਾਸ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿੱਚ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ।
ਸਤ ਸੰਗਤ ਜੀ, ਜਦੋਂ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਣਾਂ ਵਿੱਚ ਆਉਂਦੇ ਹਾਂ, ਸੌ ਦੇ ਵਿੱਚੋਂ ਕੋਈ ਇੱਕ ਦੋ ਐਸੇ ਪ੍ਰੇਮੀ ਹੁੰਦੇ ਨੇ ਜਿਹੜੇ ਕੇਵਲ ਤੋਂ ਕੇਵਲ ਨਾਮ ਦੀ ਦਾਤ ਮੰਗਦੇ ਨੇ। ਬਹੁਤੇ ਗੁਰਮੁਖ ਪਿਆਰੇ ਤਾਂ ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਥੋੜੇ ਥੋੜੇ ਸਭ ਦੁਖੀ ਸੁਖੀ ਹਰੀ ਕੇ ਦਾਸ। ਜਿਤਨੇ ਵੀ ਅਸੀਂ ਦੇਖਦੇ ਹਾਂ ਸੰਸਾਰੀ ਲੋਕ, ਕਿਸੇ ਨੂੰ ਤਨ ਦੇ ਰੋਗ ਲੱਗੇ ਹੋਏ ਹਨ, ਫੋਨ ਸਾਇਲੈਂਟ ਕਰ ਦੇਣੇ ਚਾਹੀਦੇ ਨੇ। ਵੈਸੇ ਲਿਖਿਆ ਹੀ ਹੁੰਦਾ ਹੈ, ਆਪਾਂ ਸਾਰੀ ਇਸ ਗੱਲ ਨੂੰ ਸਮਝਦੇ ਵੀ ਹਾਂ ਕਿ ਵੈਸੇ ਤਾਂ ਮਨ ਹੀ ਨਹੀਂ ਲੱਗਦਾ ਕਥਾ ਕੀਰਤਨ ਭਜਨ ਪਾਠ ਨਿਤਨੇਮ ਦੇ ਵਿੱਚ। ਜੇ ਕਿਤੇ 5-7-10 ਮਿੰਟ ਲੱਗ ਜਾਏ, ਆ ਟੈਲੀਫੋਨ ਸਾਡਾ ਮਨ ਹੀ ਨਹੀਂ ਲੱਗਣ ਦਿੰਦੇ। ਬੋਲੋ ਨਾ ਸਾਧ ਸੰਗਤ ਜੀ, ਫਿਰ ਕਥਾ ਕੀਰਤਨ ਚੱਲਦਾ ਹੋਵੇ, ਫੋਨ ਆ ਜਾਏ, ਅਸੀਂ ਕਥਾ ਕੀਰਤਨ ਛੋੜ ਕਰਕੇ ਦਰਬਾਰ ਤੋਂ ਬਾਹਰ ਚਲੇ ਜਾਂਦੇ ਹਾਂ। ਇਹ ਖੋਜ ਕੋਈ ਇੰਨੀ ਵਧੀਆ ਖੋਜ ਨਹੀਂ ਲੱਗੀ ਸਾਨੂੰ ਤਾਂ, ਇਹ ਮੋਬਾਈਲ ਵਾਲਾ ਸਿਸਟਮ ਇਤਨਾ ਸੁੰਦਰ ਨਹੀਂ। ਇੱਕ ਮੋਬਾਈਲ ਕੀ ਸਾਧ ਸੰਗਤ ਜੀ ਗੁਰੂ ਤੋਂ ਵੱਡਾ ਹੋ ਗਿਆ। ਦੂਸਰੀ ਗੱਲ ਰਹੀ ਉਹਨਾਂ ਮੂਰਖ ਲੋਕਾਂ ਦੀ, ਜਦੋਂ ਇੱਕ ਵਾਰੀ ਕੱਟ ਦਿੱਤਾ ਜਾਂਦਾ ਹੈ, ਲੋਕ ਫਿਰ ਵਾਰ-ਵਾਰ ਕਰੀ ਜਾਂਦੇ ਹੈ। ਇਹ ਸਮਝ ਤੋਂ ਹੀਣੇ ਪੁਰਸ਼ ਦੇ ਵਾਸਤੇ ਵਚਨ ਨੇ। ਦਰਬਾਰ ਦੇ ਵਿੱਚ ਇਹ ਸਾਇਲੈਂਟ ਕਰਕੇ ਆਉਣਾ ਚਾਹੀਦਾ। ਅਸੀਂ ਦੱਸ ਰਹੇ ਸਾਂ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿੱਤ ਉਦਾਸ, ਕਿਸੇ ਨੂੰ ਮਨ ਦੇ ਰੋਗ ਲੱਗੇ ਹੈ, ਕਿਸੇ ਨੂੰ ਤਨ ਦੇ ਰੋਗ ਲੱਗੇ ਹੋਏ ਹਨ। ਇਹਨਾਂ ਰੋਗਾਂ ਤੋਂ ਛੁਟਕਾਰਾ ਪਾਉਣ ਵਾਸਤੇ ਅਸੀਂ ਸਤਿਗੁਰਾਂ ਕੋਲ ਆਉਂਦੇ ਹਾਂ। ਸੌ ਦੇ ਵਿੱਚੋਂ ਕੋਈ ਇੱਕ ਪ੍ਰੇਮੀ ਹੈ ਜਿਹੜਾ ਆ ਕੇ ਬੇਨਤੀ ਕਰਦਾ, ਮਹਾਰਾਜ ਨਾਮ ਦੀ ਦਾਤ ਦੇ ਦਿਓ, ਭਜਨ ਸਿਮਰਨ ਬੰਦਗੀ ਦੀ ਦਾਤ ਦੇ ਦਿਓ, ਸਾਡੇ ਕਸ਼ਟ ਕੱਟੇ ਜਾਣ। ਕਸ਼ਟ ਕਿਹੜੇ? ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਕਿਉਂਕਿ ਬਿਨਾਂ ਸੋਝੀ ਤੇ ਉੱਤੇ ਗਿਆਨ ਹੀ ਨਹੀਂ ਹੋ ਸਕਦਾ। ਅਸੀਂ ਸੰਸਾਰੀ ਰੋਗਾਂ ਨੂੰ ਬਹੁਤ ਵੱਡੇ ਮੰਨਦੇ ਹਾਂ, ਇਹਨਾਂ ਤੋਂ ਨਜ਼ਾਤ ਪਾਉਣ ਵਾਸਤੇ ਅਸੀਂ ਜਾਂਦੇ ਹਾਂ। ਪਰ ਜਦੋਂ ਅਸੀਂ ਗੁਰਬਾਣੀ ਨੂੰ ਅਤੇ ਵੱਡੇ ਸੰਤ ਜੀ ਮਹਾਰਾਜ ਨੂੰ ਪੁੱਛਦੇ ਹਾਂ ਵੀ ਮਹਾਰਾਜ ਸਿਰ ਦੁੱਖ ਦਾ ਕੀ ਬਹੁਤ ਵੱਡਾ ਰੋਗ ਹੈ, ਪੇਟ ਦਰਦ ਹੈ ਕੀ ਬਹੁਤ ਵੱਡਾ ਰੋਗ ਹੈ, ਮਹਾਰਾਜ ਜੀ ਡਾਕਟਰਾਂ ਕੋਲ ਜਾਂਦੇ ਹਾਂ ਕੀ ਬਹੁਤ ਵੱਡਾ ਰੋਗ ਹੈ, ਤੇ ਮਹਾਂਪੁਰਸ਼ ਪਤਾ ਸਾਨੂੰ ਕੀ ਗਿਆਨ ਕਰਾਉਂਦੇ ਨੇ। ਐ ਸੱਜਣਾ, ਇਹ ਰੋਗ ਕੱਟੇ ਜਾ ਸਕਦੇ ਹਨ, ਤੂੰ ਸਤਿਗੁਰਾਂ ਦੇ ਚਰਣਾਂ ਦੇ ਵਿੱਚ ਬੇਨਤੀ ਕਰਿਆ ਕਰ। ਜਿਹੜੇ ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲੈ। ਜਿਹੜੇ ਰੋਗ ਬੜੇ ਵੱਡੇ ਨੇ, 5 ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ, ਜਿਹੜੇ ਤੈਨੂੰ ਖਤਮ ਕਰਨਾ ਚਾਹੁੰਦੇ ਨੇ,
ਜਿਹੜੇ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਬੁੱਧ ਅੰਤਸ਼ਕਰਨ, ਇਹਦੇ ਵਿੱਚ ਤੇਰਾ ਨਾਮ ਦਾ ਖਜ਼ਾਨਾ ਜੋ ਪਿਛਲੇ ਜਨਮਾਂ ਦਾ ਇਕੱਠਾ ਹੋਇਆ ਪਿਆ ਸੀ, ਇਹ ਕਾਮ ਕ੍ਰੋਧ ਆਦਿਕ ਉਹਨੂੰ ਖਤਮ ਕਰ ਰਹੇ ਨੇ। ਤੂੰ ਕਿਉਂ ਨਹੀਂ ਬੇਨਤੀ ਕਰਦਾ ਕਿ ਮੈਨੂੰ ਬਚਾਓ ਮਹਾਰਾਜ? ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ, ਤਾ ਕੋ ਵਿਘਨ ਨਾ ਕਉ ਲਾਗੈ ਜਾ ਕੀ ਪ੍ਰਭ ਆਗੈ ਅਰਦਾਸ। ਜਿਹੜੇ ਆ ਪੰਜ ਚੋਰ ਨੇ ਨਾ, ਪਹਿਲਾਂ ਵੱਡੇ ਮਹਾਰਾਜ ਜੀਆਂ ਦਾ ਬਚਨ ਆਪਾਂ ਸਾਂਝਾ ਕਰ ਲਈਏ, ਫਿਰ ਇਹਨਾਂ ਬਚਨਾਂ ਨੂੰ ਆਪਾਂ ਵਿਸਥਾਰ ਦੇਵਾਂਗੇ। ਮਹਾਰਾਜ ਕਹਿੰਦੇ ਸੀ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਹਾਜ਼ਰੀ ਨਹੀਂ ਲਵਾਉਂਦੇ ਤੁਸੀਂ। ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਪੰਜਾਂ ਚੋਰਾਂ ਨੇ ਲੁੱਟਿਆ ਘਰ ਤੇਰਾ, ਵਾਹਿਗੁਰੂ ਵਾਹਿਗੁਰੂ। ਇਹ ਪੰਜ ਚੋਰ ਨੇ, ਪੰਜ ਚੋਰ ਨੇ ਜਿਹੜੇ ਸਾਨੂੰ ਰੋਜ਼ ਰੋਜ਼ ਲੁੱਟ ਰਹੇ। ਸਾਧ ਸੰਗਤ ਜੀ, ਜੇ ਰੋਗ ਦੀ ਗੱਲ ਕੀਤੀ ਜਾਏ, ਸਾਨੂੰ ਰੋਗ ਕਿਉਂ ਲੱਗਦੇ ਹਨ? ਪਹਿਲੇ ਨੰਬਰ 'ਤੇ ਤਾਂ ਵਾਤਾਵਰਣ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਵਾਤਾਵਰਣ ਸ਼ੁੱਧ ਨਹੀਂ, ਪਾਣੀ ਸ਼ੁੱਧ ਨਹੀਂ। ਪਰ ਦੂਸਰੇ ਨੰਬਰ 'ਤੇ ਵੀ ਜੋ ਵਿਚਾਰ ਗੁਰਬਾਣੀ ਸਾਨੂੰ ਦੇ ਰਹੀ ਹੈ, ਦੱਦਾ ਦੋਸ਼ ਨਾ ਦੇਓ ਕਿਸੇ ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨ। ਕਈ ਬੱਚੇ ਪੈਦਾ ਹੁੰਦੇ ਨੇ, ਕੋਈ ਮੰਦ ਬੁੱਧੀ ਪੈਦਾ ਹੁੰਦੇ ਨੇ, ਕਿਸੇ ਦੇ ਕੋਈ ਹੱਥ ਨਹੀਂ ਕੰਮ ਕਰਦਾ ਬਚਪਨ ਤੋਂ, ਕਿਸੇ ਦੀ ਲੱਤ ਨਹੀਂ ਕੰਮ ਕਰਦੀ, ਕੋਈ ਜਨਮ ਤੋਂ ਲੈ ਕੇ ਹੀ ਬਲਾਈਂਡ ਹੈ, ਦੇਖਦਾ ਨਹੀਂ, ਕੋਈ ਗੁੰਗਾ ਹੀ ਹੈ। ਇਹਦੇ ਵਿੱਚ ਤਾਂ ਵਾਤਾਵਰਣ ਦਾ ਕੋਈ ਦੋਸ਼ ਨਹੀਂ ਨਾ ਹੈ ਕੁਦਰਤ ਦਾ। ਇੱਥੇ ਸਾਡੇ ਕਰਮਾਂ ਦੀ ਗੱਲ ਆ ਜਾਂਦੀ ਹੈ।
ਜਿਵੇਂ ਸਤਿਗੁਰਾਂ ਨੇ ਕਹਿ ਦਿੱਤਾ ਕਿ ਦੱਦਾ ਦੋਸ਼ ਨਾ ਦਿਓ, ਕਿਸੇ ਨੂੰ ਦੋਸ਼ ਦੇਣ ਦੀ ਜ਼ਰੂਰਤ ਨਹੀਂ। ਜਿਹੜੇ ਮੇਰੇ 'ਤੇ ਕਸ਼ਟ ਆ ਰਹੇ ਕਰਨ, ਮੇਰੇ ਕਰਮਾਂ ਕਰਕੇ ਕਰਨ। ਅੱਜ ਜੇਕਰ ਮੈਂ ਕਿਸੇ ਦਾ ਦਿਲ ਦੁਖਾ ਰਹੇਗਾ ਹਾਂ, ਪਾਪ ਕਰਮ ਕਰ ਰਹੇਗਾ ਹਾਂ, ਵਿਸ਼ੇ ਵਿਕਾਰ ਭੋਗ ਰਹੇਗਾ ਹਾਂ, ਗੁਰੂ ਦੀ ਮਰਿਆਦਾ ਤੋਂ ਬਾਹਰ ਜਾ ਰਹੇਗਾ ਹਾਂ, ਫਿਰ ਮੇਰੇ 'ਤੇ ਕਸ਼ਟ ਤਾਂ ਆਉਣਗੇ ਹੀ ਨਾ। ਇੱਕ ਤਾਂ ਉਹ ਰੋਗ ਨੇ ਜਿਵੇਂ ਪ੍ਰੇਮਾ ਕੋੜੀ ਹੈ। ਸਾਧ ਸੰਗਤ ਜੀ, ਜਦੋਂ ਅਸੀਂ ਇਤਿਹਾਸ ਵਾਚਦੇ ਹਾਂ, ਪ੍ਰੇਮਾ ਨਾਮ ਦੇ ਦੋ ਤਿੰਨ ਗੁਰਮੁਖ ਪਿਆਰਿਆਂ ਦਾ ਜ਼ਿਕਰ ਆਉਂਦਾ ਹੈ। ਇੱਕ ਪ੍ਰੇਮਾ ਸ਼੍ਰੀ ਗੁਰੂ ਨਾਨਕ ਦੇਵ ਜੀਆਂ ਦੇ ਵੇਲੇ ਹੋਇਆ ਹੈ, ਜਿਨ੍ਹਾਂ ਬਾਰੇ ਸਤਿਗੁਰਾਂ ਨੇ ਪਹਿਲਾਂ ਹੀ ਉਚਾਰਨ ਕਰ ਦਿੱਤਾ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿੱਲ ਲਾਏ, ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੇ ਸਭ ਸੋਏ। ਇੱਕ ਪ੍ਰੇਮਾ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਵੇਲੇ ਵੀ ਹੈ। ਸਾਧ ਸੰਗਤ ਜੀ ਆਪਣੀ ਜ਼ਿੰਦਗੀ ਦੇ ਵਿੱਚ ਬੜੀ ਮੌਜ ਮਸਤੀ ਕਰਦਾ, ਅਮੀਰ ਘਰ ਦਾ ਲੜਕਾ ਹੈ। ਜਿਵੇਂ ਅੱਜ ਕੱਲ੍ਹ ਕਈ ਲੋਕਾਂ ਨੇ ਗੱਡੀਆਂ 'ਤੇ ਲਿਖਾਇਆ ਹੁੰਦਾ, ਸਰਦਾਰਾਂ ਦੇ ਕਾਕੇ ਨਾ ਫਿਕਰ ਨਾ ਫਾਕੇ। ਸਾਧ ਸੰਗਤ ਜੀ, ਪਹਿਲਾਂ ਦੇਖਣਾ ਪਵੇਗਾ ਅਸੀਂ ਸਰਦਾਰ ਹੈਗੇ ਵੀ ਕਿ ਨਹੀਂ, ਸਰਦਾਰੀਆਂ ਦੇ ਉੱਤੇ ਚੱਲ ਵੀ ਰਹੇ ਹਾਂ ਕਿ ਨਹੀਂ, ਸਰਦਾਰਾਂ ਵਾਲੇ ਗੁਣ ਹੈਗੇ ਕਿ ਨਹੀਂ। ਕੇਸ ਬਖਸ਼ ਕੇ ਕਿਹਾ ਦਸਮੇਸ਼ ਜੀ ਨੇ, ਅੱਜ ਬਖਸ਼ੀਆਂ ਤੁਹਾਨੂੰ ਸਰਦਾਰੀਆਂ ਨੇ, ਕੰਘਾ ਕਰਦੇ ਸਦਾ ਹੀ ਯਾਦ ਰੱਖਿਓ, ਕਦੇ ਚੱਲਣੀਆਂ ਸਿਰਾਂ ਤੇ ਆ ਰਹੀਆਂ ਨੇ। ਕੜਾ ਦੇ ਕੇ ਕਿਹਾ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕੜਾ ਦੇ ਕੇ ਕਿਹਾ ਇਹ ਕੜੀਆਂ ਹਮਾਰੀਆਂ ਨੇ, ਕੱਚ ਦੇ ਕੇ ਕਿਹਾ ਜਤ ਸਤ ਵਿੱਚ ਰਹੀ ਪੂਰਾ, ਇਸ ਵਿੱਚ ਹੀ ਬਰਕਤਾਂ ਪਾ ਰਹੀਆਂ। ਹੁਣ ਜੇਕਰ ਤੂੰ ਸਰਦਾਰ ਕਹਾਉਣਾ, ਕੀ ਤੂੰ ਕਿਸਾ ਧਾਰੀ ਹੈ? ਪਹਿਲੀ ਗੱਲ। ਦੂਸਰੇ ਨੰਬਰ ਤੇ ਤੇਰੇ ਤੇ ਕਿਰਪਾ ਹੋ ਰਹੀ ਹੈ, ਤੈਨੂੰ ਧਨ ਪਦਾਰਥ ਮਿਲ ਗਿਆ, ਕਿੰਨੇ ਬੱਚੇ ਬੱਚੀਆਂ ਦੇ ਵਿਆਹ ਤੂੰ ਕਰ ਦਿੱਤੇ ਨੇ, ਕਿੰਨੇ ਬੱਚੇ ਬੱਚੀਆਂ ਨੂੰ ਤੂੰ ਕਾਪੀਆਂ ਕਿਤਾਬਾਂ ਲੈ ਕੇ ਦੇਤੀਆਂ, ਕਿੰਨੇ ਬਿਮਾਰ ਜਿਹੜੇ ਐਡਮਿਟ ਨੇ ਉਹਨਾਂ ਦੇ ਖਰਚੇ ਵਿੱਚ ਤੂੰ ਯੋਗਦਾਨ ਪਾਤਾ। ਮਾਰ ਝਾਤ ਆਪਣੇ ਹਿਰਦੇ ਵਿੱਚ, ਕਿਉਂਕਿ ਜਿਹੜਾ ਪਾਟੇ ਕੱਪੜੇ ਪਾਈ ਫਿਰਦਾ ਹੈ, ਰਸਤੇ ਤੇ ਇੱਕ ਇੱਕ ਰੁਪਈਆ ਮੰਗਦਾ, ਤੇਰੀ ਜੇਬ ਦੇ ਵਿੱਚ 500 ਵੀ ਹੈ, ਤੂੰ ਇਹ ਕਹਿ ਕੇ ਉਹਨੂੰ ਟੁੱਟਿਆ ਹੋਇਆ 1 ਰੁਪਈਆ ਨਹੀਂ ਦਿੰਦਾ ਕਿ ਇਹਨੇ ਸ਼ਰਾਬ ਪੀਣੀ ਹੈ, ਤੈਨੂੰ ਵਾਹਿਗੁਰੂ ਭੁੱਲੇ ਹੋਏ ਨੇ, ਤੂੰ ਕੀ ਕਰਦਾ ਹੈ? ਤੈਨੂੰ ਭੁੱਲੇ ਨੇ ਭਾਈ, ਜੇ ਤੂੰ ਆਪਦੇ ਜਵਾਕ ਨੂੰ 50 ਰੁਪਈਏ ਦਾ ਪੀਜ਼ਾ ਖਿਲਾ ਸਕਦਾ ਹੈ, 100 ਰੁਪਈਏ ਦਾ ਪੀਜ਼ਾ ਬਰਗਰ ਖਿਲਾ ਸਕਦਾ ਹੈ, ਉਸ ਮੰਗਤੇ ਨੂੰ, ਗਰੀਬ ਨੂੰ 1 ਰੁਪਈਆ ਦੇਣ ਲੱਗਿਆ ਤੇਰਾ ਹੱਥ ਪਿੱਛੇ ਨੂੰ ਕਿਉਂ ਜਾਂਦਾ? ਤੇਰਾ ਮਨ ਉੱਥੇ ਕਿਉਂ ਨਹੀਂ ਕਹਿੰਦਾ ਵੀ ਦਾਨ ਕਰ ਦੇਣਾ ਚਾਹੀਦਾ? ਤੇਰੇ 1 ਰੁਪਈਏ ਨਾਲ ਕਿੰਨੀ ਕੁ ਦਾਰੂ ਪੀਲੇਗਾ? ਹੁਣ ਜਿਹਦੀ ਟੂਹੀ ਵਿੱਚ ਕੁੱਬ ਪਿਆ ਹੋਵੇ, ਹੱਥ ਵਿੱਚ ਸੋਟੀ ਪਕੜੀ ਹੋਵੇ, ਅੱਖਾਂ ਤੋਂ ਦੀਂਦਾ ਨਾ ਹੋਵੇ,
ਸਰੀਰ ਦੇ ਉੱਤੇ ਵਸਤਰ ਪਾਟੇ ਹੋਏ ਗੁਣ, ਪੈਰਾਂ 'ਚ ਜੋੜਾ ਵੀ ਨਾ ਹੋਵੇ। ਤੂੰ ਇੱਕ ਰੁਪਈਆ ਉਹਨੂੰ ਦੇ ਦੇਵੇ, ਉਹ ਤੈਨੂੰ ਹਜ਼ਾਰਾਂ ਅਸੀਸਾਂ ਦੇਵੇ। ਕੀ ਇੱਕ ਰੁਪਈਏ 'ਚ ਇੰਨੀਆਂ ਅਸੀਸਾਂ ਲੈ ਲੈਣੀਆਂ ਚੰਗਾ ਸੌਦਾ ਨਹੀਂ? ਜੇ ਦੇ ਤਾ ਇੱਕ ਰੁਪਈਆ ਫਿਰ ਕੀ ਹੋ ਗਿਆ? ਜੇ ਤੂੰ 200-400 ਦੀ ਦਾਰੂ ਪੀ ਲਈ ਜਾਂ ਆਪਦੇ ਜਵਾਕਾਂ ਨੂੰ ਬਰਗਰ ਪੀਜੇ ਖਿਲਾ ਤੇ, ਜੇ ਇੱਕ ਰੁਪਈਆ ਉਹਨੂੰ ਦੇ ਦੇਗਾ ਕੀ ਫਰਕ ਪੈਂਦਾ? ਸਾਧ ਸੰਗਤ ਉਹਦਾ ਜੀ ਨਹੀਂ ਕਰਦਾ ਮੰਗਣ ਨੂੰ, ਪਤਾ ਕਿਉਂ ਮੰਗਦਾ? ਅਸੀਂ ਇਹਨਾਂ ਬਚਨਾਂ ਨੂੰ ਵਿਸਥਾਰ ਦੇ ਰਹੇ ਹਾਂ, ਦੱਦਾ ਦੋਸ਼ ਨਾ ਦਿਓ ਕਿੱਸੈ, ਪਤਾ ਕਿਉਂ ਮੰਗਦਾ ਫਿਰਦਾ? ਅਜਰਾ ਸਾਥ ਦਿਓ, ਗੱਜ ਕੇ ਬੋਲਿਆ ਕਰੋ। ਗਲ ਵਿੱਚ ਲੀਰਾਂ ਗਾਲ ਫਕੀਰਾਂ, ਸੌਦੇ ਨੇ ਤਕਦੀਰਾਂ ਦੇ। ਗਲ ਵਿੱਚ ਲੀਰਾਂ ਗਾਲ ਫਕੀਰਾਂ, ਸੌਦੇ ਨੇ ਤਕਦੀਰਾਂ ਦੇ। ਤਕਦੀਰਾਂ ਦੇ ਸੌਦੇ ਨੇ ਤਕਦੀਰਾਂ ਦੇ, ਗਲ ਵਿੱਚ ਲੀਰਾਂ ਗਾਲ ਫਕੀਰਾਂ, ਸੌਦੇ ਨੇ ਤਕਦੀਰਾਂ ਦੇ। ਗਲ ਵਿੱਚ ਲੀਰਾਂ ਗਾਲ ਫਕੀਰਾਂ, ਸੌਦੇ ਨੇ ਤਕਦੀਰਾਂ ਦੇ। ਸਾਧ ਸੰਗਤ ਜੀ, ਐਵੇਂ ਨਹੀਂ ਕਿਸੇ ਦਾ ਮਨ ਕਰਦਾ ਮੰਗਣ ਵਾਸਤੇ, ਦਰ ਦਰ ਤੇ ਠੋਕਰਾਂ ਖਾਣ ਵਾਸਤੇ। ਵੈਸੇ ਤਾਂ ਅੱਜ ਆਪਾਂ ਆਪਣਾ ਜਨਮ ਦਿਨ ਮਨਾਉਣਾ ਸੀ, ਬੜਾ ਚਾਅ ਸੀ ਸਾਰੀਆਂ ਸੰਗਤਾਂ ਨੂੰ, ਕਿਉਂਕਿ ਆਪਾਂ 2-3 ਮਹੀਨੇ ਤੋਂ ਬਾਅਦ ਇਹ ਸਮਾਗਮ ਇੱਕ ਕੀਤਾ ਹੈ। ਪਰ ਕੁਦਰਤ ਕੁਛ ਇਸ ਤਰ੍ਹਾਂ ਦੀ ਹੋਈ, ਸਾਡੀ ਜਨਨੀ, ਸਾਡੀ ਮਾਤਾ ਸਾਧ ਸੰਗਤ ਜੀ, ਉਹ ਹੋਸਪਿਟਲ ਤੁਸੀਂ ਸਭ ਜਾਣਦੇ ਹੀ ਹੋ, ਉੱਥੇ ਅਸੀਂ ਉਹ ਸਭਨਾਂ ਦਾ ਹਾਲ ਦੇਖਿਆ। ਜਦੋਂ ਛੋਟਾ ਜਿਹਾ ਬੱਚਾ 22 ਸਾਲ ਦਾ ਨਾਲ ਹੀ ਸੀ ਉੱਥੇ ਬੈੱਡ 'ਤੇ, ਉਹ ਬਜ਼ੁਰਗ ਵਿਚਾਰਾ ਬੜਾ, ਕਦੇ ਕਿਸੇ ਨੂੰ ਕਹਿੰਦੇ ਸੈੱਲ ਚਾਹੀਦੇ, ਕਿੰਨੇ ਦੇ ਮਿਲਣਗੇ? ਕਹਿੰਦੇ 12,000 ਦੇ ਮਿਲਣਗੇ। ਸਾਧ ਸੰਗਤ ਜੀ ਉਹ ਉੱਚੀ ਉੱਚੀ ਰੋ ਰਿਹਾ ਸੀ, ਭੁੱਬਾ ਮਾਰ ਰਿਹਾ ਸੀ, 12,000 ਦੇ ਸੈੱਲ। 22 ਸਾਲ ਦਾ ਮੁੰਡਾ ਮੇਰਾ ਕਹਿੰਦਾ ਕਿਵੇਂ ਮੈਂ ਇਹਨੂੰ ਬਚਾਵਾਂ, ਇੱਥੋਂ ਜਾਵਾਂ ਉੱਥੇ ਜਾਵਾਂ, ਇੱਕ ਬੰਦਾ ਨਾਲ ਲੈ ਕੇ ਜਾਣਾ ਪਏਗਾ।
ਗਰੀਬ ਦੇ ਨਾਲ ਕੌਣ ਤੁਰਦਾ ਸਾਧ ਸੰਗਤ ਜੀ? ਨਹੀਂ ਕੋਈ ਤੁਰਦਾ। ਕੁਦਰਤੀ ਮੇਰੇ ਕੋਲ ਵੀ ਨਹੀਂ ਸੀ ਪੈਸੇ ਉੱਥੇ, ਜਦੋਂ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਸੈੱਲ ਚਾਹੀਦੇ ਹੈ 12,000। ਅਸੀਂ ਵੀ ਇੱਕ ਦੋ ਪ੍ਰੇਮੀਆਂ ਨੂੰ ਫੋਨ ਕੀਤਾ, ਹੁਣ ਤਾਂ ਤੁਸੀਂ ਦਿੱਤੀ ਹੋਈ ਹੈ ਮਾਇਆ, ਟੈਲੀਫੋਨ ਬੰਦ ਕਰ ਦਿਓ 2 ਮਿੰਟ, ਹੁਣ ਤਾਂ ਤੁਸੀਂ ਦਿੱਤੀ ਹੈ ਮਾਇਆ, ਪਰ ਕਦੇ ਕਦੇ ਸਾਧ ਸੰਗਤ ਤੁਸੀਂ ਕਸੌਟੀ ਵੀ ਲਾ ਦਿੰਦੇ ਹੋ, ਕਦੇ ਕਦੇ ਕਸੌਟੀ, ਕਿਉਂਕਿ ਸੰਗਤ ਦੇ ਵਿੱਚ ਹੀ ਵਾਹਿਗੁਰੂ ਵੱਸਦੇ ਹੈ। ਉਹ ਮੈਂ ਮੰਗਿਆ ਵੀ ਨਹੀਂ ਸੀ, ਬਸ ਉੱਥੇ ਮੈਂ ਜਦੋਂ ਕਹਿੰਦੇ ਵੀ ਲਿਆ ਸੈੱਲ ਲੈ ਕੇ ਆਉਣੇ ਨੇ, ਪੈਸੇ ਲਿਆ 12,000 ਰੁਪਇਆ, ਮੈਂ ਕਿਹਾ ਜੀ ਬਿਲਕੁਲ ਲੈ ਕੇ ਆਵਾਂਗੇ ਜ਼ਰੂਰ। ਜਦ ਮੈਂ ਆ ਜੇਬ 'ਚ ਹੱਥ ਮਾਰਿਆ ਉਹ ਥੋੜ੍ਹੇ ਜਿਹੇ ਪੈਸੇ, ਮੈਂ ਇੱਕ ਮਿੱਤਰ ਨੂੰ ਫੋਨ ਕੀਤਾ, ਜੀ ਤੇ ਮਾਣ ਹੁੰਦੇ ਉਹਨੂੰ ਕਰਦੇ ਹੋ ਨਾ ਫੋਨ, ਮੈਂ ਵੀ ਸੋਚਿਆ ਮੇਰੇ ਮਿੱਤਰ ਬਹੁਤ ਨੇ। ਕਹਿੰਦੇ ਕੀ ਗੱਲ ਹੋ ਗਈ, ਮੈਂ ਕਿਹਾ ਮਾਤਾ ਐਡਮਿਟ ਨੇ, ਪੈਸੇ ਉੱਥੇ ਹੋਣਗੇ ਘਰੇ ਕੋਈ ਨਾ, ਇੱਥੇ ਹੁਣ ਚਾਹੀਦੇ ਆ। ਕਹਿੰਦੇ ਕੀ ਹੋਇਆ, ਮੈਂ ਕਿਹਾ ਜੀ ਸੈੱਲ ਘੱਟ ਗਏ। ਕਹਿੰਦੇ ਤੁਸੀਂ ਪੈਸੇ ਦੀ ਗੱਲ ਛੱਡੋ, ਤੁਸੀਂ ਉੱਥੋਂ 1/2 ਕਿਲੋ ਬੱਕਰੀ ਦਾ ਦੁੱਧ ਲਿਆ ਕੇ ਦੇ ਦਿਓ। ਮੈਂ ਕਿਹਾ ਜੀ ਆ ਟੈਲੀਫੋਨ ਇੱਥੇ ਜਮ੍ਹਾਂ ਕਰਾ ਦਿਓ ਮੇਰੇ ਕੋਲ, ਨਾ ਤੁਸੀਂ ਸੁਣਦੇ ਹੋ ਨਾ ਕਰਨ ਦਿੰਦੇ ਹੋ ਕੁਛ। ਮੈਨੂੰ ਕਹਿੰਦੇ ਜੀ ਆਹ ਦੁੱਧ ਤੁਸੀਂ ਲੈ ਲਓ 1/2 ਕਿਲੋ ਬੱਕਰੀ ਦਾ। ਮੈਂ ਕਿਹਾ ਠੀਕ ਹੈ ਸਤਿਵਚਨ ਜੀ। ਮੈਂ ਫਿਰ ਬੜੇ ਮਾਣ ਨਾਲ, ਮੈਂ ਕਿਹਾ ਜੀ ਮੇਰੀ ਮਾਈ ਇੱਥੇ ਹੋਸਪਿਟਲ 'ਚ, ਕਿੱਥੇ ਮੈਂ ਪਿੰਡ ਨੂੰ, ਇੱਥੇ ਤੁਸੀਂ ਨੇੜੇ ਹੋ ਮੇਰੇ, ਆ ਦੇ ਦਿਓ ਤੁਸੀਂ ਗਲੋ ਦਿਓ। ਉਹ ਗਲੋ ਤਾਂ ਮੈਂ ਕਿਹਾ ਮੇਰੇ ਬਾਪੂ ਨੇ, ਉਹ ਪਰਲੇ ਘਰੇ ਤੁਸੀਂ ਦੇਖਿਓ ਜਾਣ ਲੱਗੇ, ਗਲੋ ਤਾਂ ਤਾਰਾਂ 'ਤੇ ਚਾੜ੍ਹਦੀ ਬਿਜਲੀ ਵਾਲੀਆਂ ਤਾਰਾਂ 'ਤੇ ਇੰਨੀ ਪਈ ਹੈ, ਉਹ ਲੋੜ ਤਾਂ ਇੱਥੇ ਹੈ ਮੈਨੂੰ। ਨਹੀਂ ਜੀ ਗਲੋ ਦਿਓ ਤੁਸੀਂ। ਮੈਂ ਕਿਹਾ ਮਾਇਆ? ਕਹਿੰਦੇ ਮਾਇਆ ਨਹੀਂ ਦੇਣੀ, ਗਲੋ ਦਿਓ ਤੁਸੀਂ। ਟੈਸਟ ਟੂਸਟ ਕਰਾਏ ਇੱਕ ਦੋ ਪ੍ਰੇਮੀਆਂ ਦੇ ਸੈੱਲ, ਕਹਿੰਦੇ ਜੀ ਸੈੱਲ ਦੇਣੇ ਔਖੇ ਹੈ, ਸੈੱਲ ਦੇਣੇ ਔਖੇ। ਮੈਂ ਕਿਹਾ ਵੀ ਚਲੋ ਮੈਂ ਆਪ ਦੀ ਦੇ ਦਿੰਦਾ। ਇੱਕ ਮਿੱਤਰ ਪਿਆਰਿਆ ਵਿੱਚ ਬੈਠੇ ਨੇ, ਰਾਤ ਨਹੀਂ ਦੋਨੋਂ ਜਾਣੇ, ਕਹਿੰਦੇ ਬਾਬੇ ਕਿਹੜੀ ਗੱਲ ਹੈ? ਮੈਂ ਕਿਹਾ ਜੀ ਗਰੁੱਪ, ਕਹਿੰਦੇ ਉੱਥੇ ਚੈੱਕ ਕਰਾਂਗੇ, ਚਲੋ ਆਪਾਂ ਚੱਲਦੇ ਹਾਂ। ਇੱਕ ਮੁੰਡਾ ਛੋਟਾ ਜਿਹਾ ਬਾਲਕ ਅਜੇ, ਉਹ ਕਹਿੰਦਾ ਜੀ ਦੇਖੋ ਚਾਹੇ ਤੁਸੀਂ ਜਿੰਨੀ ਮਰਜ਼ੀ ਕਹੋ, ਜਿੰਨੀ ਮੇਰੇ ਕੋਲ ਹੈ ਮੈਂ ਲੈ ਕੇ ਆ ਗਿਆ, ਪਹੁੰਚ ਗਿਆ ਤੁਹਾਡੇ ਕੋਲ। ਮੈਂ ਕਿਹਾ ਵੀ ਸਵਾਦ ਦੀ ਗੱਲ ਹੈ, ਆ ਜਾਓ। ਅਸੀਂ ਘੱਟੋ ਘੱਟ ਗਏ ਹੋਵਾਂਗੇ ਉੱਥੇ 8-10 ਜਾਣੇ। ਕੁਦਰਤ ਮਿਹਰਬਾਨ ਦੀ, ਪਰਮੇਸ਼ਰ ਦੀ, ਅਕਾਲ ਪੁਰਖ ਦੀ, ਉਹ ਕਿਸੇ ਦੇ ਸੈਲੀ ਨਾ ਉਹਨਾਂ ਨੂੰ ਫਿੱਟ ਬੈਠਣ, ਕਿਸੇ ਦੀ ਨਾੜ ਨਾ ਲੱਭੇ, ਮੈਨੂੰ ਹੀ ਪਾ ਲਿਆ। ਕਹਿੰਦੇ ਤੁਹਾਡੀ ਸੈੱਲ ਕੱਢਾਂਗੇ ਜੀ। ਸੋ ਮੈਂ ਇਹ ਗੱਲ ਕਰਦਾ ਵੀ ਜੇ ਉਹ ਇੱਕ ਮੰਗਤਾ ਮੰਗ, ਮੈਂ ਦੇਖਿਆ ਨਾ, ਤੁਸੀਂ ਵੀ ਦੇਖਿਆ ਬਹੁਤ ਵਾਰੀ, ਤੁਸੀਂ ਵੀ ਦੇਖਿਆ, ਅਸੀਂ ਵੀ ਦੇਖਿਆ ਵੀ ਕਈ ਵਾਰੀ ਕੀ ਹੁੰਦਾ ਸਾਧ ਸੰਗਤ ਜੀ, ਜਦੋਂ ਨਾ ਬੰਦਾ ਕੋਈ ਮੰਗਦਾ ਉਹਦੀ ਜਗ੍ਹਾ ਤੇ ਆਪ ਖੜ ਕੇ ਦੇਖੀਏ, 1 ਰੁਪਇਆ ਲੈ ਕੇ ਬੰਦਾ ਅਸੀਸ ਦੇ ਰਿਹਾ ਆਪਾਂ ਨੂੰ, ਤਾਂ ਸੌਦਾ ਕਰ ਲੈਣਾ ਚਾਹੀਦਾ। ਸਾਧ ਸੰਗਤ ਜੀ ਮੈਂ ਦੇਖਿਆ, ਮੈਂ ਕਿਹਾ ਵੀ ਉਹ ਜਿਹੜੇ ਮੰਗਦੇ ਫਿਰਦੇ ਨੇ ਸ਼ਾਇਦ ਉਹਨਾਂ ਨੇ ਦਾਰੂ ਨਹੀਂ ਪੀਣੀ ਹੋਣੀ, ਹੁਣ ਮੈਂ ਵੀ ਤਾਂ ਪੈਸੇ ਮੰਗੇ, ਮੈਂ ਦਾਰੂ ਪੀਣੀ ਸੀ? ਆਪ ਦੇ ਉੱਤੇ ਖੰਡਾ ਕੇ ਦੇਖੀਏ, ਫਿਰ ਵੀ ਦੇ ਦੇਣਾ ਚਾਹੀਦਾ। ਪਰ ਮੈਂ ਉਹਨਾਂ ਦਾ ਧੰਨਵਾਦ ਕਰਦਾ, ਮੇਰੇ ਮਿੱਤਰਾਂ ਦਾ,
ਸੰਗਤ ਦਾ, ਮੇਰੇ ਭਰਾਵਾਂ ਮੇਰੀਆਂ ਭੈਣਾਂ ਦਾ। ਉੱਥੇ ਰਾਤ ਨੂੰ ਭੈਣ ਜੀ ਨੂੰ ਸੱਤਵਾਂ ਦਿਨ ਹੋ ਗਿਆ ਅੱਜ, ਛੇਵਾਂ ਸੱਤਵਾਂ, ਉੱਥੇ ਹੀ ਨੇ, ਕੋਲੇ ਹੀ ਨੇ ਉਹਨਾਂ ਦੇ। ਤੁਸੀਂ ਮੈਂ ਕਿਹਾ ਪਿੰਡ ਜਾਓ, ਕਹਿੰਦੇ ਨਹੀਂ ਅਸੀਂ ਇੱਥੇ ਹੀ ਰਹਿਣਾ, ਇੱਥੇ ਹੀ ਰਵਾਂਗੇ, ਸੇਵਾ ਕਰਾਂਗੇ, ਸਾਡੀ ਨਹੀਂ ਮਾਂ, ਅਸੀਂ ਵੀ ਸੇਵਾ। ਸੋ ਕਹਿਣ ਤੋਂ ਭਾਵ ਕਿ ਕਿਸੇ ਕਿਸੇ ਵਿੱਚ ਤਾਂ ਪਰਮੇਸ਼ਰ ਨੇ ਜ਼ਿਆਦਾ ਦਇਆ ਭਰ ਦਿੱਤੀ ਹੁੰਦੀ ਹੈ। ਦੁਨੀਆਂ ਵੀ ਕੀ ਕਰੇ, ਮੋਦੀ ਨੇ ਇੰਨੀ ਕਿਰਪਾ ਕਰਤੀ, ਕਦੇ ਕੁਛ ਕਰ ਦਿੰਦਾ, ਕਦੇ ਕੁਛ ਕਰ ਦਿੰਦਾ। ਅੱਗੇ ਲੋਕਾਂ ਦੇ ਘਰਾਂ 'ਚ ਲੱਖ ਲੱਖ ਰੁਪਇਆ ਪਿਆ ਹੁੰਦਾ ਸੀ, ਹੁਣ 10,000 ਵੀ ਨਹੀਂ ਹੁੰਦਾ ਕਈ ਵਾਰੀ। ਪ੍ਰੇਮਾ ਬਹੁਤ ਅਮੀਰ ਘਰ ਦਾ ਮੁੰਡਾ ਸੀ, ਬਹੁਤ ਅਮੀਰ ਘਰ ਦਾ। ਦਾਰੂ ਨਾਲ ਰੱਜ ਕੇ ਰਾਤ ਨੂੰ ਸੌਂਦਾ, ਮਾਸ ਮਿੱਟੀ ਖਾਂਦਾ, ਸਵੇਰ ਹੋਣ ਸਾਰ ਫਿਰ ਦਾਰੂ ਪੀਂਦਾ। ਅੱਜ ਹੁਣ ਸਾਧ ਸੰਗਤ ਜੀ ਜਦੋਂ ਇਹ ਰਾਤ ਨੂੰ ਆ ਕੇ ਪਿਆ, ਇਹਨਾਂ ਦੇ ਪਿੰਡ ਵਿੱਚ ਇੱਕ ਰੱਬ ਦਾ ਪਿਆਰਾ ਰਹਿੰਦਾ ਸੀ। ਹੁੰਦੇ ਤਾਂ ਸਾਰਿਆਂ ਦੇ ਪਿੰਡਾਂ 'ਚ ਹੀ ਨੇ ਰੱਬ ਦੇ ਪਿਆਰੇ, ਬਾਹਰ ਵਾਲਿਆਂ ਨੂੰ ਪਤਾ ਹੁੰਦਾ ਵੀ ਹਾਂ ਇਹ ਰੱਬ ਦਾ ਪਿਆਰਾ। ਅਸੀਂ ਅਰਦਾਸ ਨਹੀਂ ਕਰਦੇ, ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਅਸੀਂ ਬਾਹਰੋਂ ਜਾ ਕੇ ਲੱਭ ਲੈਂਦੇ ਹਾਂ ਵੀ ਹਾਂ, ਕਈ ਵਾਰੀ ਕੰਧ ਨਾਲ ਕੰਧ ਸਾਂਝੀ ਹੋਵੇ, ਅਗਲਾ ਕਹਿੰਦਾ ਇਹਨੂੰ ਬ੍ਰਹਮ ਗਿਆਨੀ ਕਿਹਨੇ ਬਣਾਤਾ। ਹੁਣ ਕਈ ਸੰਤ, ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਆਲੋਵਾਲ ਕਿਉਂ ਨਹੀਂ ਗਏ, ਉਹ ਕਿਹੜਾ ਪਿੰਡ ਰਹਿ ਨਹੀਂ ਸੀ ਸਕਦੇ। ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਜਨਮ ਕਿਤੇ ਦਾ, ਰਾਏ ਭੋਏ ਦੀ ਤਲਵੰਡੀ ਵਸਾਇਆ, ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਵਸਾਇਆ। ਸ਼੍ਰੀ ਗੁਰੂ ਅੰਗਦ ਦੇਵ ਜੀਆਂ ਦਾ ਪਿੰਡ ਨਾਂਗੇ ਮੱਤੇ ਦੀ ਸਰਾਂ ਵਸਾਇਆ, ਖਡੂਰ ਸਾਹਿਬ। ਸ਼੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀਆਂ ਦਾ ਪਿੰਡ ਬਾਸਰ ਕੇ ਵਸਾਇਆ, ਗਿੱਲਾਂ ਵਸਾਇਆ, ਗੋਇੰਦਵਾਲ ਸਾਹਿਬ। ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚੂਨਾ ਮੰਡੀ ਲਾਹੌਰ ਵਸਾਇਆ, ਸ੍ਰੀ ਅੰਮ੍ਰਿਤਸਰ ਸਾਹਿਬ ਹਰਿਮੰਦਰ ਸਾਹਿਬ। ਕਹਿਣ ਤੋਂ ਭਾਵ ਕਿ ਕਈ ਵਾਰ ਕੰਧ ਨਾ ਕੰਧ ਸਾਂਝੀ ਹੋਵੇ, ਦੁਸ਼ਮਣ ਨਜ਼ਰ ਆਉਂਦਾ ਹੈ, ਪਰ ਜਦੋਂ ਬਾਹਰੋਂ ਜਾ ਕੇ ਪੁੱਛਿਓ, ਕਹਿੰਦੇ ਬ੍ਰਹਮ ਗਿਆਨੀ ਨੇ ਸਾਡੇ ਸਾਰੇ ਦੁੱਖ ਤੋੜਤੇ, ਉਹਨਾਂ ਨੇ ਤਾਂ, ਸਾਡਾ ਤਾਂ ਰੱਬ ਹੈ ਉਹ, ਅਸੀਂ ਤਾਂ ਲੰਮੇ ਪੈ ਪੈ ਕੇ ਨਮਸਕਾਰਾਂ ਕਰਦੇ ਹਾਂ। ਸਾਧ ਸੰਗਤ ਜੀ, ਉਸ ਪਿੰਡ ਵਿੱਚ ਇੱਕ ਮਹਾਂਪੁਰਸ਼ ਰਹਿੰਦੇ ਸਨ, ਜਦੋਂ ਅੰਮ੍ਰਿਤ ਵੇਲਾ ਹੁੰਦਾ ਸਾਰੇ ਪਿੰਡ ਦੇ ਵਿੱਚ ਉਹ ਗੇੜਾ ਦਿੰਦੇ, ਉੱਚੀ ਉੱਚੀ ਆਵਾਜ਼ਾਂ ਦਿੰਦੇ ਕਿ ਐ ਰੱਬ ਦੇ ਪਿਆਰਿਓ, ਪਿੰਨੀ ਰਹਿਣ ਤੇ ਚਮਕਦੇ ਨੇ ਤਾਰੇ, ਜਾਗਦੇ ਪਿਆਰੇ ਰਾਮ ਦੇ, ਰਹਿਣ ਤੇ ਚਮਕਦੇ ਨੇ ਤਾਰੇ, ਜਾਗਦੇ ਪਿਆਰੇ ਰਾਮ ਦੇ। ਪਿਆਰੇ ਰਾਮ ਦੇ ਪਿੰਨੀ ਚਮਕਦੇ
ਜਾਗਦੇ ਪਿਆਰੇ ਵਾਹਿਗੁਰੂ ਦੇ ਪਿੰਨੀ ਰਹਿਣ ਤੇ ਚਮਕਦੇ ਨੇ ਤਾਰੇ ਜਾਗਦੇ ਪਿਆਰੇ ਰਾਮ ਦੇ ਜਾਗਦੇ ਪਿਆਰੇ ਰਾਮ ਦੇ ਬਈ ਪਿੰਨੀ ਹੁਣ ਰੱਬ ਦਾ ਪਿਆਰਾ ਉੱਠਿਆ ਸਾਰੇ ਪਿੰਡ ਚ ਆਵਾਜ਼ਾਂ ਦਿੰਦੇ ਉੱਠੋ ਭਾਈ ਪਰਮੇਸ਼ਰ ਦਾ ਨਾਮ ਜਪੋ ਬੰਦਗੀ ਕਰੋ ਭਜਨ ਕਰੋ ਸਿਮਰਨ ਕਰੋ ਹੁਣ ਜਦੋਂ ਪ੍ਰੇਮੇ ਦੇ ਘਰ ਦੇ ਕੋਲ ਦੀ ਲੰਘਣ ਲੱਗੇ ਦਾਰੂ ਨਾਲ ਤਾਂ ਪਹਿਲਾਂ ਰੱਜਿਆ ਸੀ ਬਹੁਤ ਜ਼ਿਆਦਾ ਜਦੋਂ ਇਹਦੀ ਅੱਖ ਲੱਗਣ ਲੱਗੀ ਜਾਂ ਦੋ ਚਾਰ ਮਿੰਟ ਵਾਸਤੇ ਸੁੱਤਾ ਜਦੋਂ ਇਹਦੀ ਅੱਖ ਖੁੱਲੀ ਉਹਨਾਂ ਦੀ ਆਵਾਜ਼ ਸੁਣ ਕੇ ਘਰ ਦੇ ਬਾਹਰ ਨਿਕਲ ਕੇ ਖੜ ਗਿਆ ਮਹਾਂਪੁਰਸ਼ ਕਹਿਣ ਲੱਗੇ ਭਾਈ ਉੱਠੋ ਰੱਬ ਦੇ ਪਿਆਰਿਓ ਨਾਮ ਜਪੋ ਇਹ ਸਾਧ ਸੰਗਤ ਜੀ ਅੰਦਰੋਂ ਇੱਕ ਇੱਟ ਰੋੜਾ ਚੁੱਕ ਕੇ ਦਰਾਂ ਦੇ ਵਿੱਚ ਖੜਾ ਜਦੋਂ ਸੰਤ ਦੇ ਅੱਗਿਓਂ ਦੀ ਲੰਘਣ ਲੱਗੇ ਇਹਨੇ ਸੰਤਾਂ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਸੰਤਾਂ ਦੇ ਸਿਰ ਦੇ ਵਿੱਚ ਇੱਟ ਮਾਰੀ ਅਸੀਂ ਤਾਂ ਕਹਿੰਦੇ ਹਾਂ ਮਹਾਂਪੁਰਸ਼ ਤੁਹਾਡਾ ਦੀਦਾਰ ਹੋ ਗਿਆ ਸਾਡਾ ਆਇਆ ਸਫਲਾ ਹੋ ਗਿਆ ਅੱਜ ਦਿਨ ਵੀ ਸਾਡਾ ਚੰਗਾ ਲੰਘੇਗਾ ਹੇ ਮਹਾਂਪੁਰਸ਼ੋ ਬੜੀ ਕਿਰਪਾ ਕੀਤੀ ਤੁਸੀਂ ਤੁਹਾਡਾ ਦੀਦਾਰ ਹੋ ਗਿਆ ਚਿੱਤ ਕਰਦਾ ਮੈਂ ਤੈਨੂੰ ਦੇਖੀ ਜਾਵਾਂ ਤੇਰੇ ਵਿੱਚੋਂ ਰੱਬ ਦਿਸਦਾ ਮਨ ਲੋਚਦਾ ਤੇਰੇ ਦੀਦਾਰ ਹੁੰਦੇ ਰਹਿਣ ਤੇਰੇ ਦਰਸ਼ਨ ਕਰਦਾ ਰਵਾਂ ਤੇਰੇ ਵਿੱਚੋਂ ਪ੍ਰੀਤਮ ਪਿਆਰਾ ਦਿਸਦਾ ਇੱਕ ਕਹਿੰਦੇ ਨੇ ਦੁਸ਼ਮਣ ਹੈ ਸਾਡਾ ਦਿੰਦਾ ਕਿਉਂ ਹੈ ਇਹ ਦਿਖਦਾ ਕਿਉਂ ਹੈ ਜਦੋਂ ਸਾਧ ਸੰਗਤ ਇੱਟ ਮਾਰੀ ਸੰਤਾਂ ਦੇ ਨਾਲ ਹੀ ਕਹਿ ਦਿੱਤਾ ਗੱਲ ਸੁਣ ਬਾਬਾ ਉੱਥੋਂ ਤੋਂ ਮੇਰਾ ਘਰ ਸ਼ੁਰੂ ਹੁੰਦਾ ਹੈ ਉੱਥੇ ਤੱਕ ਤੇ ਬੋਲਣਾ ਨਹੀਂ ਗੁੰਗਾ ਹੋ ਕੇ ਲੰਘਿਆ ਕਰ ਹੁਣ ਅਸੀਂ ਦੱਸ ਰਹੇ ਸੀ ਕਿ ਕਈ ਬੱਚੇ ਗੁੰਗੇ ਪੈਦਾ ਹੁੰਦੇ ਹੈ ਕਈਆਂ ਦੇ ਲੱਤ ਨਹੀਂ ਹੁੰਦੀ ਕਈਆਂ ਦੇ ਬਾਹ ਨਹੀਂ ਹੁੰਦੀ ਕਈ ਬਚਪਨ ਤੋਂ ਹੀ ਸਾਧ ਸੰਗਤ ਜੀ ਮੰਦ ਬੁੱਧੀ ਹੁੰਦੇ ਹੈ ਆ ਦੇਖ ਲਿਓ ਕਿਉਂ ਹੁੰਦੇ ਆ ਇਸ ਤਰ੍ਹਾਂ ਦੇ ਸੰਤਾਂ ਨੂੰ ਕਹਿੰਦਾ ਗੁੰਗਾ ਹੋ ਕੇ ਲੰਘਿਆ ਕਰ ਸੰਤ ਕਹਿੰਦੇ ਤੂੰ ਮੈਨੂੰ ਗੁੰਗਾ ਕਰਦੇ ਭਾਈ ਓਹੋ ਤੈਨੂੰ ਬਾਣੀ ਚੰਗੀ ਨਹੀਂ ਲੱਗਦੀ ਭਾਈ ਜਦੋਂ ਸੰਤਾਂ ਦੀ ਇੱਟ ਮਾਰੀ ਖੂਨ ਨਿਕਲਦਾ ਮੂੰਹ ਦੇ ਵਿੱਚੋਂ ਚਾਹੇ ਕੁਝ ਵੀ ਨਾ ਬੋਲਣ ਪਰ ਜਦੋਂ ਉਹਨਾਂ ਦੇ ਹਿਰਦੇ ਵਿੱਚੋਂ ਆਵਾਜ਼ ਨਿਕਲੀ ਹੇ ਵਾਹਿਗੁਰੂ ਮੈਂ ਤਾਂ ਕਿਸੇ ਦਾ ਮਾੜਾ ਹੀ ਨਹੀਂ ਕੀਤਾ ਮੈਂ ਤਾਂ ਉਠਾਨਾ ਉੱਠੋ ਭਾਈ ਨਾਮ ਜਪੋ ਬੰਦਗੀ ਕਰੋ ਭਜਨ ਕਰੋ ਮੇਰੇ ਬੰਦਗੀ ਕਰਦੇ ਦੇ ਵੀ ਇੱਟਾਂ ਪੈਂਦੀਆਂ ਮਹਾਰਾਜ ਇਹ ਮੈਨੂੰ ਕਹਿੰਦਾ ਗੁੰਗਾ ਹੋ ਜਾ ਸੱਚਿਆ ਪਾਤਸ਼ਾਹ ਸੱਚ ਦੇ ਨਵੇੜੇ ਕਰੀ ਜੇ ਤੈਨੂੰ ਉਹ ਚਾਹੀਦਾ ਗੁੰਗਾ ਹੋ ਜਾਵੇ ਤਾਂ ਉਹਨੂੰ ਕਰਦੀ ਜੇ ਤੈਨੂੰ ਮੈਂ ਚਾਹੀਦਾ ਗੁੰਗਾ ਹੋਇਆ ਤਾਂ ਮੈਨੂੰ ਕਰਦੀ ਸੰਤ ਕਹਿੰਦੇ ਸਾਧੂ ਬੋਲੇ ਸਹਿਜ ਸੁਭਾਏ ਸਾਧੂ ਦਾ ਬੋਲਿਆ
ਬਿਰਥਾ ਨਾ ਜਾਏ। ਚਾਹੇ ਮੁੱਖ ਤੋਂ ਨਾ ਵੀ ਬੋਲਣ, ਜਦੋਂ ਉਹਨਾਂ ਦੇ ਹਿਰਦੇ ਨੂੰ ਦੁੱਖ ਲੱਗਿਆ ਨਾ, ਓਹੋ ਸਿਆਣੇ ਪਤਾ ਕੀ ਕਹਿੰਦੇ ਨੇ, ਉਹ ਕਦੇ ਦਿਲ ਨਾ ਕਿਸੇ ਦਾ ਦੁਖਾਈਏ, ਦਿਲਾਂ ਦੇ ਵਿੱਚ ਰੱਬ ਵਸਦਾ, ਦਿਲ ਨਾ ਬਈ ਕਿਸੇ ਦਾ ਦੁਖਾਈਏ, ਦਿਲਾਂ ਦੇ ਵਿੱਚ ਰੱਬ ਵਸਦਾ, ਰੱਬ ਵਸਦਾ, ਰੱਬ ਵਸਦਾ। ਸਤਿਗੁਰ ਕਹਿੰਦੇ ਦਿਲਾਂ ਵਿੱਚ ਰਾਮ ਵਸੇ, ਸਤਿਗੁਰ ਕਹਿੰਦੇ ਦਿਲਾਂ ਵਿੱਚ ਰਾਮ ਵਸੇ, ਦਿਲ ਨਾ ਕਿਸੇ ਦਾ, ਦਿਲਾਂ ਵਿੱਚ ਰਾਮ ਵਸੇ, ਦਿਲ ਨਾ ਕਿਸੇ ਦਾ ਦੁਖਾਈਏ, ਦਿਲਾਂ ਵਿੱਚ ਰਾਮ ਵਸੇ, ਸਹ ਕਦ ਦਿਲ ਦਾ ਪਿਛਦਾ ਦਿਖਾਈਏ, ਰਾਮ ਵਸੇ, ਆਉ ਨਾ ਠਾਹੇ ਕਹੀਂ ਦਾ, ਇਹ ਦਿਖਾਉਣਾ ਨਹੀਂ ਚਾਹੀਦਾ, ਇਹਦੇ ਵਿੱਚ ਪਰਮੇਸ਼ਰ ਦਾ ਨਿਵਾਸ ਹੈ। ਹੁਣ ਉਹ ਸੰਤ ਬਚਨ ਕਰਕੇ ਕੋਲੋਂ ਦੀ ਲੰਘ ਗਏ, ਜਦੋਂ ਇਹ ਸੌਂ ਗਿਆ ਸੰਤਾਂ ਨੂੰ ਤੋਰ ਕੇ, ਦਿਲ ਦੁਖਾ ਕੇ, ਜਦੋਂ ਸਵੇਰ ਹੋਈ ਉੱਠਣ ਦਾ ਟਾਈਮ ਹੋਇਆ, ਇਹਨੇ ਪਾਸਾ ਲਿਆ, ਇਹਦੇ ਸਰੀਰ ਦੇ ਵਿੱਚ ਵੱਡੇ ਵੱਡੇ ਜ਼ਖਮ ਹੋ ਗਏ, ਇਹਦੇ ਪਿਆਲੇ ਦੇ ਯਾਰ ਜਿਹੜੇ ਕਈ ਵਾਰ ਮੁਫਤ ਦੀ ਪੀਣ ਗਿੱਝੇ ਹੁੰਦੇ ਨੇ, ਐਂ ਆ ਕੇ ਕਮਰੇ ਦੇ ਵਿੱਚ ਬਦਬੋ ਮਾਰਦੀ, ਮੁਸ਼ਕ ਮਾਰਦਾ ਸਾਧ ਸੰਗਤ ਜੀ, ਜਦੋਂ ਐਂ ਪਹੁੰਚੇ ਅੰਦਰ, ਕਹਿੰਦੇ ਮੁਸ਼ਕ ਬੜਾ, ਪ੍ਰੇਮੇ ਆ ਕੀ ਹੋ ਗਿਆ, ਕਹਿੰਦਾ ਕੀ ਦੱਸਾਂ, ਇਉਂ ਲੱਗਦਾ ਜਿਵੇਂ ਮੇਰੇ ਸਰੀਰ ਦੇ ਉੱਤੇ ਜ਼ਖਮ ਹੋ ਗਏ ਹੁੰਦੇ ਨੇ। ਜਦੋਂ ਪਾਸਾ ਦਵਾਇਆ ਸਾਧ ਸੰਗਤ ਜੀ, ਸਾਰੇ ਸਰੀਰ ਦੇ ਉੱਤੇ ਬੜੇ ਬੜੇ ਜ਼ਖਮ ਪਾਣੀ ਰਿਸਦਾ, ਫਿਰ ਇਹ ਸਾਰੇ ਦੇ ਸਾਰੇ ਨੂੰ ਛੋੜ ਕੇ ਚਲੇ ਗਏ। ਜਦੋਂ ਘਰ ਦੇ ਆਏ ਅੰਦਰ ਚਾਹ ਪਾਣੀ ਲੈ ਕੇ, ਹੁਣ ਜਦੋਂ ਅੰਦਰ ਅੰਦਰ ਵੜਦੇ ਨੇ, ਮੁਸ਼ਕ ਮਾਰਦਾ, ਬਦਬੋ ਮਾਰਦੀ ਹੈ,
ਸਾਧ ਸੰਗਤ ਜੀ ਦੇਖਿਆ ਕੀ ਹੋਇਆ, ਇੰਨਾ ਮੁਸ਼ਕ, ਇੰਨੀ ਬਦਬੋ। ਜਦੋਂ ਕਿਸੇ ਵੈਦ ਡਾਕਟਰ ਨੂੰ ਬੁਲਾ ਕੇ ਪੁੱਛਿਆ, ਹਕੀਮ ਵਗੈਰਾ ਨੂੰ, ਉਹ ਕਹਿੰਦੇ ਜੀ ਇਹਨੂੰ ਕੋਹੜ ਦਾ ਰੋਗ ਪੈ ਗਿਆ, ਲੈਪਰਸੀ ਕਹਿੰਦੇ ਨੇ ਅੰਗਰੇਜ਼ੀ ਵਾਲੇ, ਲੈਪਰਸੀ ਕੋਹੜ ਦਾ ਰੋਗ ਪੈ ਗਿਆ ਇਹਨੂੰ ਤਾਂ। ਕਹਿੰਦੇ ਫਿਰ ਹੁਣ, ਕਹਿੰਦੇ ਇਹਨੂੰ ਹੱਥ ਨਾ ਲਾਇਓ, ਇਹਦੇ ਹੱਥਾਂ ਨੂੰ ਤੇ ਪੈਰਾਂ ਨੂੰ ਰੱਸੀਆਂ ਬੰਨ ਲਓ, ਵਿੱਚ ਦੀ ਵੱਡੀ ਸਾਰੀ ਸੋਟੀ ਨੰਘਾ ਕੇ, ਜਿਵੇਂ ਮਰੀਆਂ ਹੋਈਆਂ ਮੱਝਾਂ ਗਾਵਾਂ ਨੂੰ ਪਹਿਲਾਂ ਲੋਕ ਚੱਕਦੇ ਹੁੰਦੇ, ਦੋ ਜਾਣੇ ਅੱਗੇ ਲੱਗ ਜਾਓ, ਦੋ ਜਾਣੇ ਪਿੱਛੇ, ਇਹ ਕਿਸੇ ਨੂੰ ਟੱਚ ਨਾ ਕਰ ਜਾਏ, ਇਹਨੂੰ ਘਰੋਂ ਕੱਢ ਕੇ ਬਾਹਰ ਜੰਗਲ ਵਿੱਚ ਛੋੜ ਆਓ, ਹੁਣ ਇਹ ਤੁਹਾਡੇ ਕਿਸੇ ਕੰਮ ਦਾ ਨਹੀਂ। ਸਾਧ ਸੰਗਤ ਜੀ, ਜਿਹੜੇ ਪਿਆਲੇ ਦੇ ਯਾਰ ਸੀ ਸਭ ਛੱਡ ਗਏ, ਜਿਨ੍ਹਾਂ ਲਈ ਤੂੰ ਪਾਪ ਕਮਾਵੇਂ ਕਿੱਥੇ ਗਏ ਤੇਰੇ ਘਰ ਦੇ, ਪੈਰ ਪਸਾਰ ਪਿਆਂ ਵਿੱਚ ਵਿਹੜੇ ਹੱਥ ਨਾ ਲਾਵਣ ਡਰਦੇ। ਉਹ ਸਾਰੇ ਕਹਿੰਦੇ ਲੈ ਚਲੋ ਚੱਕ ਕੇ, ਹੱਥਾਂ ਨੂੰ ਰੱਸੀਆਂ ਬੰਨ ਲਈਆਂ ਅਲੱਗ, ਪੈਰਾਂ ਨੂੰ ਬੰਨ ਲਈਆਂ ਅਲੱਗ, ਵਿੱਚ ਦੀਆਂ ਵੱਡਾ ਸਾਰਾ ਡੰਡਾ ਲੰਘਾ ਕੇ ਹੱਥਾਂ ਪੈਰਾਂ ਦੇ ਵਿੱਚ ਦੀ, ਐ ਜਿਵੇਂ ਮਰੇ ਢੋਰ ਚੱਕੀ ਦੇ ਨੇ ਡੰਗਰ ਪਸ਼ੂ। ਸਾਧ ਸੰਗਤ ਜੀ ਜੰਗਲ ਦੇ ਵਿੱਚ ਛੋੜ ਕੇ ਆ ਗਏ, ਇਹਦੇ ਅੱਗੇ ਇੱਕ ਟੁੱਟਿਆ ਹੋਇਆ ਠੀਕਰਾ ਰੱਖ ਦਿੱਤਾ, ਕਿਉਂ, ਇਹ ਰਸਤੇ ਤੋਂ ਦੀ ਲੰਘਦਾ ਵੜਦਾ ਕੋਈ ਇਹਦੇ ਮੂਹਰੇ ਰੋਟੀ ਦੀ ਬੁਰਕੀ ਸਿੱਟ ਜਾ ਕਰੂਗਾ, ਕੋਈ ਰੋਟੀ ਦਾ ਟੁੱਕੜ ਸਿੱਟ ਜਾ ਕਰੂਗਾ, ਖਾ ਲਿਆ ਕਰੂ, ਗੁਜ਼ਾਰਾ ਕਰ ਲਿਆ ਕਰੂ, ਘਰਦਿਆਂ ਨੇ ਨਹੀਂ ਹੁਣ ਆਉਣਾ, ਘਰਦੇ ਪਤਾ ਕਦੋਂ ਸਾਥ ਦਿੰਦੇ ਨੇ, ਦੂਰ ਦੂਰ ਦੀਆਂ ਰਿਸ਼ਤੇਦਾਰੀਆਂ ਪਤਾ ਕਦੋਂ ਸਾਥ ਦਿੰਦੀਆਂ ਨੇ, ਜਦੋਂ ਤੁਹਾਡੀ ਗੱਡੀ ਤੇ ਲਾਲ ਬੱਤੀ ਲੱਗੀ ਹੋਵੇ, ਜਦੋਂ ਤੁਹਾਡੇ ਪਾਸ 10-15 ਨੌਕਰ ਰੱਖੇ ਹੋਣ, ਜਦੋਂ ਕੋਲ ਦੀ ਲੰਘਣ ਵਾਲੇ ਤੁਹਾਨੂੰ ਸਲਾਮਾਂ ਕਰਦੇ ਹੋਣ, ਉਦੋਂ ਦੂਰ ਦੂਰ ਦੀਆਂ ਰਿਸ਼ਤੇਦਾਰੀਆਂ ਵੀ ਕਰੀਬ ਦੀਆਂ ਰਿਸ਼ਤੇਦਾਰੀਆਂ ਹੋ ਜਾਂਦੀਆਂ। ਜਦੋਂ ਤੁਹਾਡੀ ਜੇਬ ਵਿੱਚੋਂ ਪੈਸੇ ਮੁੱਕ ਜਾਣ, ਤੁਹਾਡੇ ਸਕੇ ਸੰਬੰਧੀ ਕਹਿ ਦਿੰਦੇ ਨੇ ਅਸੀਂ ਤਾਂ ਤੈਨੂੰ ਜਾਣਦੇ ਨਹੀਂ, ਤੂੰ ਕੌਣ ਹੈ। ਤੁਸੀਂ ਉਹਨਾਂ ਦੇ ਘਰੇ ਜਾਂਦੇ ਹੋ ਪੈਸੇ ਮੰਗਣ, ਕਹਿ ਲਓ ਕੋਈ ਮਦਦ ਲੈਣ ਵਾਸਤੇ, ਪੈਸੇ ਕੋਈ ਬਹੁਤੀ ਵੱਡੀ ਚੀਜ਼ ਨਹੀਂ, ਹੋਰ ਬਥੇਰੀ ਮਦਦ ਹੈ, ਕਈ ਜਗ੍ਹਾ ਤੇ ਬੰਦਾ ਬਰਾਬਰ ਹੀ ਖੜਾ ਹੋਵੇ ਇਹੀ ਬਹੁਤ ਵੱਡੀ ਗੱਲ ਹੈ। ਤੁਸੀਂ ਜਾਂਦੇ ਹੋ ਬਾਹਰੋਂ ਖੜ ਕੇ ਫੋਨ ਕਰਦੇ ਹੋ, ਤੁਸੀਂ ਘਰੇ ਹੀ ਹੋ ਸਰਦਾਰ ਸਾਹਿਬ, ਅਗਲਾ CCTV ਕੈਮਰਾ ਚ ਦੇਖ ਕੇ ਇਹ ਤਾਂ ਕੋਈ ਲੋੜਵੰਦ ਆ ਗਿਆ, ਮੰਗਤਾ ਮੇਰੇ ਤੋਂ ਮੰਗੇਗਾ ਕੁਝ, ਅੰਦਰ ਬੈਠੇ ਹੀ ਕਹਿ ਦਿੰਦਾ ਮੈਂ ਤਾਂ ਘਰੇ ਨਹੀਂ ਹੈਗਾ, ਮੈਂ ਤਾਂ ਦਿੱਲੀ ਨੂੰ ਗਿਆ ਹੋਇਆ। ਓਹੋ, ਮਹਾਂਪੁਰਸ਼ ਪਤਾ ਕੀ ਕਹਿੰਦੇ ਨੇ, ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪੈ ਅਨ ਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਕੀ ਕਹਿੰਦੇ ਨੇ ਭਾਈ, ਜਿੱਥੇ ਕੋਈ ਵੀ ਸਾਥੀ ਨਾ ਹੋਵੇ, ਨਾਮ ਨੇ ਸ਼ਿਕਾਇਤਾਂ ਕਰਨੀ ਉੱਤੇ ਨਾਮ ਨੇ ਸ਼ਿਕਾਇਤਾਂ ਕਰਨੀ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ, ਜਿੱਥੇ ਨਾ ਕੋਈ ਮਾਤ ਪਿਤਾ ਉੱਤੇ ਨਾਮ ਨੇ ਸਹਾਇਤਾ, ਜਿੱਥੇ ਨਾ ਕੋਈ ਮਾਤ ਪਿਤਾ ਤੇਰਾ,
ਨਾਮ ਨੇ ਸ਼ਿਕਾਇਤ ਤੇਰੀ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਸ਼ਿਕਾਇਤਾ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਸ਼ਿਕਾਇਤਾ ਕਰਨੀ, ਉਸੇ ਨਾਮ ਨੇ ਸ਼ਿਕਾਇਤਾ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਸ਼ਿਕਾਇਤਾ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਨਾਮ ਨੇ ਸ਼ਿਕਾਇਤਾ ਕਰਨੀ, ਉਤੇ ਨਾਮ ਨੇ, ਨਾਮ ਨੇ ਸ਼ਿਕਾਇਤ ਤੇਰੀ ਕਰਨੀ, ਜਿੱਤੇ ਨਾ ਕੋਈ ਮਾਤ ਪਿਤਾ ਤੇਰਾ, ਤੇਰਾ ਜਿੱਤੇ ਨਾ ਕੋਈ ਮਾਤ ਪਿਤਾ, ਉਤੇ ਨਾਮ ਨੇ, ਨਾਮ ਨੇ ਨਾਮ ਨੇ, ਨਾਮ ਨੇ ਸ਼ਿਕਾਇਤਾ ਤੇਰਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸੁਹਾਈ, ਉਤੇ ਨਾਮ ਕੀ ਸਹਾਇਤਾ ਕਰੇਗਾ। ਬਾਕੀ ਸਭ ਤਾਂ ਸਾਧ ਸੰਗਤ ਜੀ ਸੰਸਾਰੀ ਝਮੇਲੇ ਨੇ, ਕਰਦਿਆਂ ਕਰਦੇ ਰਹਿਣਾ, ਪਰ ਜਿੱਥੇ ਨਾਮ ਸਾਥ ਦੇ ਸਕਦੇ ਉੱਥੇ ਸੰਸਾਰੀ ਵਸਤੂ ਕੋਈ ਸਾਥ ਨਹੀਂ ਦੇ ਸਕਦੀ। ਹੁਣ ਉੱਥੇ ਪਿਆ ਰੋਂਦਾ ਕਰਲਾਉਂਦਾ ਭੁੱਬਾ ਮਾਰਦਾ, ਹੁਣ ਉਦੋਂ ਪਛਤਾਏ ਤੋਂ ਕੀ ਬਣੇਗਾ। ਪਹਿਲਾਂ ਤਾਂ ਸੰਤਾਂ ਦੇ ਇੱਟਾਂ ਮਾਰਦਾ ਸੀ, ਹੁਣ ਕਹਿੰਦਾ ਕਿ ਕੋਈ ਮਿਲਾ ਦੇਵੇ ਮੈਨੂੰ ਸੰਤਾਂ ਨੂੰ, ਉਹਨਾਂ ਦੀ ਮਿਹਰ ਭਰੀ ਦ੍ਰਿਸ਼ਟੀ ਪੈ ਜਾਏ। ਹੁਣ ਸੁਣਦਾ ਕਿ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਹੁਣ ਕਹਿੰਦਾ ਜੀ ਬੰਦਗੀ ਵਾਲਿਆਂ ਦੇ ਤਾਂ ਦ੍ਰਿਸ਼ਟੀ ਪੈ ਜਾਏ, ਅਸੀਂ ਸੰਤ ਬਣ ਜਾਂਗੇ, ਸਾਡੇ ਪਾਪ ਕੱਟੇ ਜਾਣਗੇ, ਸਾਡੇ ਦੁੱਖ ਕੱਟੇ ਜਾਣਗੇ। ਉਦੋਂ ਮਾਰਦਾ ਸੀ ਇੱਟਾਂ ਸੰਤਾਂ ਦੇ, ਹੁਣ ਸਾਧ ਸੰਗਤ ਜੀ ਜਦੋਂ ਇਸ ਤਰ੍ਹਾਂ ਦੇ ਨਾਲ ਅੰਤਾਂ ਦਾ ਦੁਖੀ ਹੋ ਗਿਆ, ਅੰਤਾਂ ਦਾ ਸਰੀਰ ਫਿੱਟ ਗਿਆ ਸਾਰੇ ਦਾ ਸਾਰਾ, ਕੋੜੀ ਹੋ ਗਿਆ, ਦੁਖੀ ਹੋਇਆ, ਰੋਂਦਾ ਕਰਲਾਉਂਦਾ ਭੁੱਬਾ ਮਾਰਦਾ, ਅੱਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮਰ ਦੀਆਂ ਸੰਗਤਾਂ ਸਤਿਗੁਰਾਂ ਦੇ ਦੀਦਾਰ ਕਰਨ ਵਾਸਤੇ ਉੱਚੀ ਉੱਚੀ ਸ਼ਬਦ ਪੜ੍ਹਦੀਆਂ ਜਾ ਰਹੀਆਂ ਨੇ। ਜਦੋਂ ਇਹ ਆਵਾਜ਼ ਇਹਦੇ ਕੰਨਾਂ ਤੱਕ ਪਹੁੰਚੀ, ਹੁਣ ਤਾਂ ਕਈ ਲੋਕ ਕਹਿੰਦੇ ਨੇ ਨਾ ਵੀ ਸਪੀਕਰ ਬੰਦ ਹੀ ਕਰ ਦਿਓ, ਸਪੀਕਰ ਹੌਲੀ ਕਰ ਦਿਓ, ਸਾਡੇ ਬੱਚੇ ਪੜ੍ਹਾਈ ਕਰਦੇ ਨੇ। ਸਾਧ ਸੰਗਤ ਜੀ ਕਿਹੜਾ ਬੱਚਾ ਸਵੇਰੇ 4 ਵਜੇ ਪੜ੍ਹਾਈ ਕਰਦਾ, 100 ਦੇ ਵਿੱਚੋਂ 2 ਬੱਚੇ ਹੋਣਗੇ। ਤੁਸੀਂ ਉਠਾ ਕੇ ਬਿਠਾਉਂਦੇ ਹੋ, ਜਦੋਂ ਆ ਕੇ ਦੇਖਦੇ ਹੋ ਸੁੱਤਾ ਪਿਆ ਹੁੰਦਾ ਤੁਹਾਡਾ ਬਾਲਕ, ਪਾਠ ਤੁਹਾਨੂੰ ਲੱਗਦਾ ਬੁਰਾ ਕਿ ਪਾਠ ਨਹੀਂ ਹੋਣਾ ਚਾਹੀਦਾ, ਕਿੰਨੀ ਬੁਰੀ ਗੱਲ ਹੈ। 40 ਮਿੰਟ ਦਾ ਪਾਠ ਹੈ, ਜੇ 40 ਮਿੰਟ ਪਾਠ ਸੁਣ ਲਵਾਂਗੇ, ਅੱਗੋਂ ਪਿੱਛੋਂ ਜਾਪ, ਅੱਗੋਂ ਪਿੱਛੋਂ ਪੜ੍ਹਾਈ ਕਰ ਲਵਾਂਗੇ ਜਾਪ ਤੋਂ ਬਾਅਦ, ਇਹ ਵੀ ਇੱਕ ਚੰਗੀ ਗੱਲ ਹੈ। ਪਰ ਸਾਡਾ ਮਨ ਬਾਣੀ ਵਾਲੇ ਪਾਸੇ ਨੂੰ ਤਾਂ ਜਾਂਦਾ ਹੈ, ਨੈਗੇਟਿਵ ਹੁੰਦਾ, ਮਾੜੇ ਕਰਮਾਂ ਵੱਲ ਨੂੰ ਪੋਜੀਟਿਵ ਹੁੰਦਾ ਜਾ ਰਿਹਾ ਹੈ। ਹੁਣ ਭੁੱਬਾਂ ਮਾਰਦਾ ਰੋਂਦਾ, ਹੇ ਪਰਮਾਤਮਾ ਕੋਈ ਭੇਜ ਦੇ ਰੱਬ ਦਾ ਪਿਆਰਾ ਜਿਹੜਾ ਮੇਰੇ ਸਾਰੇ ਦੁੱਖ ਕਲੇਸ਼ ਕੱਟ ਦੇਵੇ, ਭੇਜ ਦੇ ਕੋਈ। ਹੁਣ ਉਹ ਸੰਗਤਾਂ ਜਪਦੀਆਂ ਆਉਂਦੀਆਂ, ਵੱਡੇ ਮਹਾਰਾਜ ਜੀ ਪੜ੍ਹਦੇ ਹੁੰਦੇ ਸੀ,
ਆਪਣਾ ਸਮਾਪਤੀ ਦਾ ਸਮਾਂ ਵੀ ਹੋ ਗਿਆ। ਅਰਦਾਸ ਕਰਨੀ ਆਪਾਂ ਨੇ ਮਾਤਾ ਜੀ ਦੀ ਦੇਹ ਅਰੋਗਤਾ ਦੇ ਵਾਸਤੇ। ਸਾਧ ਸੰਗਤ ਜੀ, ਉਹ ਸੰਗਤਾਂ ਜਾਪ ਕਰਦੀਆਂ ਆਉਂਦੀਆਂ ਕੀ ਕਹਿੰਦੀਆਂ? ਰਾਮ ਬੋਲੇ ਰਾਮ ਬੋਲੇ ਰਾਮ ਬੋਲਦਾ ਸਾਰੀਆਂ ਘਟਾਂ ਦੇ ਵਿੱਚ ਰਾਮ ਬੋਲਦਾ ਸਾਰੀਆਂ ਕਟਾਂ ਦੇ ਵਿੱਚ ਰਾਮ ਬੋਲਦਾ ਸਾਰੀਆਂ ਕਟਾਂ ਦੇ ਵਿੱਚ ਰਾਮ ਬੋਲਦਾ ਉਹ ਰਾਮ ਬੋਲਦਾ ਸਾਰੀਆਂ ਕਟਾਂ ਦੇ ਵਿੱਚ ਰਾਮ। ਹੁਣ ਜਦੋਂ ਸੰਗਤ ਨੇੜੇ ਨੂੰ ਆ ਰਹੀ ਹੈ, ਇਹਦੇ ਜ਼ਖਮਾਂ ਨੂੰ ਸ਼ਾਂਤੀ ਮਿਲ ਰਹੀ ਹੈ, ਜ਼ਖਮਾਂ ਚੋਂ ਦਰਦ ਜੋ ਹੋ ਰਹੇਗਾ ਸੀ ਘਟ ਰਹੇਗਾ। ਕਹਿ ਅਸੀਂ ਕਹਿੰਦੇ ਨਹੀਂ ਕਈ ਵਾਰੀ, ਜੇ ਕੋਈ ਬਿਮਾਰ ਹੈ ਉਹਦੇ ਕੋਲ ਬੈਠ ਕੇ ਪਾਠ ਕਰੋ, ਬਾਣੀ ਸੁਣਾਓ, ਤਾਂ ਕਿ ਉਹਦਾ ਧਿਆਨ ਸ਼ਾਂਤੀ ਦੇਣ ਵਾਲੀ ਬਾਣੀ ਦੇ ਨਾਲ ਜੁੜ ਸਕੇ। ਹੁਣ ਕਹਿੰਦੇ ਨੇ ਹਾਏ, ਜਦੋਂ ਬਿਮਾਰ ਹੈ ਅਸੀਂ ਕਹਿੰਦੇ ਹਾਏ, ਹਾਏ ਕਹਿਣ ਦਾ ਦਰਦ ਨਹੀਂ ਘਟਦਾ। ਜੇ ਉਹ ਹਾਏ ਦੀ ਜਗ੍ਹਾ ਤੇ ਵਾਹਿਗੁਰੂ ਕਹਿ ਦਈਏ, ਪਰਮੇਸ਼ਰ ਦਾ ਨਾਮ ਤਾਂ ਲਿਆ ਗਿਆ। ਹੁਣ ਜਦੋਂ ਨਜ਼ਦੀਕ ਆ ਗਏ ਕੋਲੇ, ਇਉਂ ਲੱਗਦਾ ਕਿ ਮੇਰੇ ਤਾਂ ਕਦੇ ਜ਼ਖਮੇ ਨਹੀਂ ਹੋਏ, ਮੇਰੇ ਤਾਂ ਦਰਦ ਹੀ ਨਹੀਂ ਹੁੰਦਾ। ਜਦੋਂ ਉਹਦੇ ਕੋਲ ਦੀ ਅੱਗੇ ਨੂੰ ਲੰਘ ਗਏ, ਉਹਨਾਂ ਦਾ ਮੁੱਖ ਪਰਲੇ ਪਾਸੇ ਨੂੰ ਹੋ ਗਿਆ, ਆਵਾਜ਼ ਘਟ ਗਈ, ਸਾਧ ਸੰਗਤ ਜੀ ਓਹੋ ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਬਿਲ ਲਾਏ। ਕਹਿੰਦੇ ਜਿਹਦੇ ਵਿੱਚੋਂ ਨਾਮ ਸਿਮਰਨ ਭਜਨ ਬੰਦਗੀ ਵਿਸਰ ਗਿਆ ਨਾ, ਨਾਮ ਵਿਸਰ ਗਿਆ ਸਾਧ ਸੰਗਤ ਜੀ, ਉਹਦਾ ਹਾਲ ਕੁਝ ਏਦਾਂ ਹੋ ਜਾਂਦਾ ਹੈ। ਅਸੀਂ ਆਪਦੇ ਹਿਰਦੇ ਵਿੱਚੋਂ ਨਾਮ ਨਹੀਂ ਵਿਸਾਰਨਾ, ਬੰਦਗੀ ਨਹੀਂ ਵਿਸਾਰਨੀ। ਕਸ਼ਟ ਬੜੇ ਆਉਣਗੇ, ਬੜੇ ਆਏ, ਬੜੇ ਗਏ, ਸਾਡੇ ਸਿਰਾਂ ਤੇ ਆ ਰਹੀਆਂ ਤਾਂ ਨਹੀਂ ਚੱਲਦੀਆਂ, ਸਾਡੇ ਖੋਪੜ ਤਾਂ ਨਹੀਂ ਉਤਾਰੇ ਜਾ ਰਹੇ, ਸਾਡੇ ਬੰਦ ਬੰਦ ਤਾਂ ਨਹੀਂ ਕੱਟੇ ਗਏ। ਉਹਨਾਂ ਤੇ ਤਾਂ ਇੰਨੇ ਕਸ਼ਟ ਆ ਗਏ, ਉਹਨਾਂ ਨੇ ਤਾਂ ਨਹੀਂ ਨਾਮ ਛੱਡਿਆ। ਸਾਡੇ ਕੋਲ ਸਾਰੀਆਂ ਦਾਤਾਂ ਨੇ, ਅਸੀਂ ਤਾਂ ਵੀ ਨਾਮ ਛੱਡੀ ਜਾਂਦੇ ਹਾਂ। ਜੇ ਨਾਮ ਛੱਡ ਦਿੱਤਾ ਤਾਂ ਸੁਣ ਲਓ ਗੱਲ ਮੇਰੀ ਇੱਕ, ਜਿਹਨੂੰ ਵਿਸਰ ਗਈ ਗੁਰੂ ਜੀ ਤੇਰੀ ਬਾਣੀ, ਪੱਕੇ ਰੋਗੀ ਵਾਂਗੂ ਬਿਲ ਕੇ, ਜਿਹਨੂੰ ਵਿਸਰੀ ਗੁਰੂ ਜੀ ਤੇਰੀ ਬਾਣੀ, ਪੱਕੇ ਰੋਗੀ ਵਾਂਗ ਬਿਲ ਕੇ, ਬਾਣੀ ਵਾਂਗ ਬਿਲ ਕੇ ਜਿਨੂੰ
ਮੰਗ ਭੇਲੀ ਮੇਰੇ ਪਿਆਰੇ ਪੱਕੇ ਰੋਗੀ ਵਾਂਗ ਮੇਰੇ ਪਿਆਰੇ ਪੱਕੇ ਰੋਗੀ ਵਾਂਗੂ ਬਿਲ ਕੇ ਜਿਹਨੂੰ ਵਿਸਰ ਗਈ ਗੁਰੂ ਜੀ ਤੇਰੀ ਬਾਣੀ ਜਿਹਨੂੰ ਵਿਸਰ ਗਈ ਗੁਰੂ ਜੀ ਤੇਰੀ ਬਾਣੀ ਰੋਗੀ ਵਾਂਗ ਬਈ ਪੱਕੇ ਰੋਗੀ ਵਾਂਗ ਵਿਲ ਕੇ ਜਿਹਨੂੰ ਪੱਕੇ ਰੋਗੀ ਵਾਂਗ ਮਿਲ ਕੇ ਹੁਣ ਜਦੋਂ ਉਹਦੇ ਸਰੀਰ ਚ ਦੁਬਾਰਾ ਕਸ਼ਟ ਹੋਣ ਲੱਗਿਆ ਉੱਚੀ ਉੱਚੀ ਆਵਾਜ਼ਾਂ ਮਾਰਦਾ ਹੈ ਉਹ ਭਾਈ ਰਾਹ ਵਿੱਚ ਜਾਣ ਵਾਲਿਓ ਕਿਰਪਾ ਕਰਕੇ ਮੈਨੂੰ ਬਾਣੀ ਸੁਣਾ ਕੇ ਜਾਓ ਜਾਂ ਮੈਨੂੰ ਨਾਲ ਹੀ ਲੈ ਕੇ ਜਾਓ ਤੁਹਾਡੀ ਬਾਣੀ ਸੁਣ ਕੇ ਮੇਰਾ ਮਨ ਸ਼ਾਂਤ ਹੋ ਗਿਆ ਕਿਰਪਾ ਕਰੋ ਮੈਨੂੰ ਨਾਲ ਹੀ ਲੈ ਕੇ ਜਾਓ ਮੈਨੂੰ ਦੁੱਖ ਜਾਂ ਕਸ਼ਟ ਵਿੱਚ ਨਾ ਛੱਡੋ ਪੰਚਰ ਪ੍ਰੇਮੀ ਵਾਪਸ ਆਏ ਕਹਿੰਦੇ ਕੌਣ ਹੈ ਤੂੰ ਕੀ ਗੱਲ ਹੋ ਗਈ ਹੁਣ ਦੱਸਦਾ ਮੈਂ ਕੀ ਦੱਸਾਂ ਆਪ ਦਾ ਰੋਗ ਆਪ ਦਾ ਦੁੱਖ ਅਸੀਂ ਦੱਸ ਰਹੇ ਸੀ ਕਈ ਰੋਗ ਤਾਂ ਹਨ ਸਾਨੂੰ ਆਦਿ ਕਈ ਵਿਆਦ ਕਈ ਉਪਾਦ ਤਿੰਨ ਪ੍ਰਕਾਰ ਦੇ ਰੋਗ ਨੇ ਇੱਕ ਉਹ ਰੋਗ ਨੇ ਜਿਹੜੇ ਸਾਡੇ ਕਰਮ ਰੋਗ ਨੇ ਪਿਛਲੇ ਜਨਮਾਂ ਤੋਂ ਸਾਡੇ ਨਾਲ ਹੀ ਤੁਰੇ ਆਉਂਦੇ ਨੇ ਇੱਕ ਕਿਰਿਆਮਾਨ ਕਰਮ ਨੇ ਇੱਕ ਸੰਚਿਤ ਕਰਮ ਨੇ ਇੱਕ ਪ੍ਰਾਲਬੱਧ ਕਰਮ ਨੇ ਪਰਾਲਬਧ ਵੀ ਕਹਿ ਦਿੰਦੇ ਨੇ ਇਹ ਸਾਡੇ ਜਿਹੜੇ ਕਰਮ ਨੇ ਸਾਧ ਸੰਗਤ ਜੀ ਇਹਨਾਂ ਕਰਮਾਂ ਦੇ ਵਿੱਚੋਂ ਇੱਕ ਕਰਮ ਸਾਡੇ ਕਿਰਿਆਮਾਨ ਕਰਮ ਐਸੇ ਨੇ ਜਿਹਨਾਂ ਨੂੰ ਬਦਲੀ ਕੀਤਾ ਜਾ ਸਕਦਾ ਹੈ ਇੱਕ ਸੰਚਿਤ ਕਰਮ ਨੇ ਜਿਹੜੇ ਪਿਛਲੇ ਜਨਮਾਂ ਦੇ ਇਕੱਠੇ ਕੀਤੇ ਹੋਏ ਇਹ ਜਨਮ ਤੱਕ ਨਾਲ ਹੀ ਆ ਗਏ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ ਵੇਦ ਵਿੱਚ ਲਿਖਿਆ ਹੈ ਉਹ ਇੱਥੇ ਭੋਗਣੇ ਪੈਣਗੇ ਇੱਕ ਕਰਮ ਐਸੇ ਹਨ ਸਾਧ ਸੰਗਤ ਜੀ ਜਿਹੜੇ ਪਿਛਲੇ ਜਨਮਾਂ ਤੋਂ ਤੁਰੇ ਆਏ ਹੁਣ ਇਕੱਠੇ ਹੋ ਗਏ ਅੱਗੇ ਵੀ ਨਾਲ ਹੀ ਜਾਣਗੇ ਸਾਡੇ ਇਹ ਕਰਮਾਂ ਦੀ ਗਤੀ ਗਿਣੀ ਗਈ ਹੈ ਵਿਦਵਾਨ ਸੱਜਣਾ ਵੱਲੋਂ ਸਾਧ ਸੰਗਤ ਜੀ ਜਿਹੜੇ ਕਿਰਿਆਮਾਨ ਕਰਮ ਨੇ ਬਦਲ ਸਕਦੇ ਹਾਂ ਸੰਚਿਤ ਕਰਮ ਇਕੱਠੇ ਕੀਤੇ ਕਰਮ ਪਰਾਲਬਧ ਕਰਮ ਨੇ ਜਿਹੜੇ ਸਾਡੇ ਪਿਛਲੇ ਜਨਮਾਂ ਦੇ ਨਾਲ ਤੁਰੇ ਆਉਂਦੇ ਇਹ ਜਨਮਾਂ 'ਚ ਵੀ ਇਕੱਠੇ ਹੋ ਰਹੇ ਹਨ ਅਗਲੇ ਜਨਮਾਂ ਤੱਕ ਨਾਲ ਜਾਣੇ ਨੇ ਇਹਨਾਂ ਦੇ ਵਿੱਚੋਂ ਪੈਦਾ ਹੁੰਦੇ ਨੇ ਆਦਿ ਰੋਗ ਵਿਆਦ ਰੋਗ ਅਤੇ ਉਪਾਦ ਰੋਗ ਆਦਿ ਰੋਗ ਉਹ ਨੇ ਜਿਹੜੇ ਸਾਡੇ ਮਨ ਦੇ ਨੇ ਵਿਆਦ ਰੋਗ ਤਨ ਦੇ ਨੇ ਉਪਾਦ ਰੋਗ ਜਿਹੜੀਆਂ ਸਾਡੀਆਂ ਸੋਚਾਂ ਨੇ ਧੱਕੇ ਨਾਲ ਹੀ ਰੋਗ ਬਣਾ ਲਏ ਤਨ ਦੇ ਰੋਗ ਤੁਸੀਂ ਜਾਣਦੇ ਹੋ ਕਿਸੇ ਦਾ ਸਿਰ ਦਰਦ ਪੇਟ ਦਰਦ ਹੈ ਕਿਸੇ ਦੀਆਂ ਲੱਤਾਂ ਦਰਦ ਕਰਦੀਆਂ ਨੇ ਸਾਧ ਸੰਗਤ ਬੈਕ ਪੇਨ ਨੇ ਦਵਾਈਆਂ ਖਾ ਲਈਆਂ ਠੀਕ ਨਹੀਂ ਹੋਇਆ ਜਦੋਂ ਕਿਸੇ ਮਹਾਂਪੁਰਸ਼ ਨੇ ਬੰਦਗੀ ਵਾਲੇ ਨੇ ਭਜਨ ਸਿਮਰਨ ਵਾਲੇ ਨੇ ਸਿਰ ਤੇ ਹੱਥ ਰੱਖ ਦਿੱਤਾ ਸਾਰੇ ਦੁੱਖ ਕੱਟ ਦਿੱਤੇ ਤਾਪ ਗਵਾਇਆ ਗੁਰ ਪੂਰੇ ਵਾਜੇ ਅਨਹਦ ਤੂਰੇ ਦੁੱਖ ਕੱਟ ਦਿੱਤੇ
ਹੁਣ ਜਿਹੜੇ ਮਨ ਦੇ ਰੋਗ ਨੇ ਸਾਧ ਸੰਗਤ ਜੀ, ਇਹ ਤਨ ਦੇ ਸੀ, ਇੱਕ ਮਨ ਦੇ ਰੋਗ ਨੇ। ਮਨ ਦੇ ਰੋਗ ਨੇ ਚਿੰਤਾਵਾਂ ਨੇ, ਚਿੰਤਾ ਨੂੰ ਚਿਖਾ ਬਰਾਬਰ ਗਿਣਿਆ ਗਿਆ। ਮੇਰੇ ਬੱਚੇ ਵੱਡੇ ਹੋ ਗਏ, ਵਿਆਹ ਕਰਨਾ ਕਿੱਦਾਂ ਕਰਾਂਗਾ, ਬੱਚਿਆਂ ਨੂੰ ਵੱਡੀਆਂ ਪੜ੍ਹਾਈਆਂ ਕਰਾਉਣੀ, ਇਹ ਰੋਗ ਹੈ। ਇਹਦੇ ਨਾਲ ਸਰੀਰ ਕਮਜ਼ੋਰ ਹੋ ਰਿਹਾ ਹੈ, ਸੋਚਣ ਸ਼ਕਤੀ ਘਟਦੀ ਮੁੱਕਦੀ ਜਾ ਰਹੀ ਹੈ। ਸਾਧ ਸੰਗਤ ਜੀ, ਮਨ ਦੇ ਰੋਗ ਨੇ। ਜਿਹੜੇ ਉਪਾਧ ਰੋਗ ਨੇ, ਕਿਸੇ ਦਾ ਘਰ ਵੱਡਾ ਕਿਉਂ ਬਣ ਗਿਆ, ਮੇਰੇ ਬੱਚੇ ਤੋਂ ਆਇਲਸ ਨਹੀਂ ਹੋਈ, ਕੋਈ ਗੱਲ ਨਹੀਂ, ਉਹਨਾਂ ਦੇ ਬੱਚੇ ਨੇ ਆਇਲਸ ਕਿਉਂ ਕਰ ਲਈ ਕਲੀਅਰ, ਮੇਰੇ ਬੱਚੇ ਨੂੰ ਸਰਕਾਰੀ ਨੌਕਰੀ ਨਹੀਂ ਮਿਲੀ, ਕੋਈ ਨਾ ਉਹਦੇ ਬੱਚੇ ਸਰਕਾਰੀ ਨੌਕਰੀ ਤੇ ਲੱਗ ਗਏ, ਬੜੀ ਮਾੜੀ ਗੱਲ ਹੋ ਗਈ। ਮੇਰੀ ਨੂੰਹ ਨਲਾਇਕ ਆ ਗਈ, ਕੋਈ ਨਾ ਉਹਨਾਂ ਦੀ ਨੂੰਹ ਲਾਇਕ ਆ ਗਈ, ਕਹਿਣਾ ਮੰਨਦੀ ਮੰਜੇ ਤੇ ਬੈਠਿਆਂ ਨੂੰ ਭੋਜਨ ਛਕਾਉਂਦੀ ਕਿਉਂ? ਫਿਰ ਉਹ ਜਾਦੂ ਟੂਣਿਆਂ ਦੇ ਚੱਕਰ 'ਚ ਚਲੇ ਜਾਂਦੇ ਨੇ, ਕਰਨ ਕਰਾਉਣ ਦੇ ਚੱਕਰਾਂ 'ਚ, ਧਾਗੇ ਤਵੀਤਾਂ ਦੇ ਚੱਕਰਾਂ 'ਚ, ਇਹਦਾ ਮਰ ਜਾਏ, ਇਹਦਾ ਖਤਮ ਹੋ ਜਾਏ। ਅਸੀਂ ਭਗਤ ਕਬੀਰ ਜੀ ਦੇ ਸਲੋਕਾਂ ਦੇ ਅਰਥ ਪੜ੍ਹ ਰਹੇ ਸਾਂ ਅਮੀਰ ਭੰਡਾਰ ਤੋਂ, ਕਹਿੰਦੇ ਜਿਨ੍ਹਾਂ ਦੇ ਔਲਾਦ ਨਹੀਂ ਨਾ ਹੁੰਦੀ, ਸਿਆਣਪ ਕਰਨ ਵਾਲੇ, ਪੁੱਛਿਆ ਦੇਣ ਵਾਲੇ ਪਤਾ ਕੀ ਕਹਿੰਦੇ ਨੇ, ਜਿਨ੍ਹਾਂ ਦੇ ਘਰੇ ਕੋਈ ਚੜ੍ਹਾਈ ਕਰ ਗਿਆ, ਗੁਜ਼ਰ ਗਿਆ, ਉਹਨਾਂ ਦੇ ਦਰਾਂ ਮੂਹਰੇ ਜਾ ਕੇ ਇਸ਼ਨਾਨ ਕਰਕੇ ਵਸਤਰ ਉਤਾਰਿਆ, ਉਹ ਜਿਹੜਾ ਮਰਿਆ ਤੇਰੇ ਘਰੇ ਜਨਮ ਲੈ ਲੂਗਾ। ਦੱਸੋ ਸਿੱਖੀ ਇਹ ਇਜਾਜ਼ਤ ਦਿੰਦੀ ਹੈ? ਕਈ ਕਹਿੰਦੇ ਜੇ ਚਿਖਾ ਮੱਚਦੀ ਉਹਦੇ ਉੱਤੇ ਤਵਾ ਧਰ ਕੇ ਰੋਟੀਆਂ ਪਕਾ ਕੇ ਖਾ ਕੇ ਆਇਓ, ਰਾਤ ਨੂੰ ਔਲਾਦ ਹੋ ਜਾਊਗੀ। ਸਾਧ ਸੰਗਤ ਜੀ, ਇਹ ਰੋਗ ਨੇ ਸਾਡੇ ਮਨਾਂ ਦੇ, ਨਿਕਲੋ ਇਹਨਾਂ ਨਰਕ ਚੋਂ, ਨਿਕਲੋ ਇਹਨਾਂ ਚੀਜ਼ਾਂ ਤੋਂ, ਪੁੱਛਿਆ ਦੇਣ ਵਾਲਿਆਂ ਤੋਂ, ਸਿਆਣਪ ਕਰਨ ਵਾਲਿਆਂ ਤੋਂ ਬਚੋ। ਜਿੰਨੇ ਰੋਗ ਸਾਡੇ ਗੁਰਬਾਣੀ ਕੱਟ ਸਕਦੀ ਹੈ ਨਾ, ਸਾਡੇ ਦੁੱਖ ਕੋਈ ਨਹੀਂ ਹੋਰ ਕੱਟ ਸਕਦਾ। ਭਜਨ ਸਿਮਰਨ ਬੰਦਗੀ, ਜਿੰਨਾ ਨਾਮ ਵਧਾ ਲਓਗੇ, ਸਿਮਰਨ ਵਧਾ ਲਓਗੇ, ਇਹ ਨਾ ਮੈਨੂੰ ਕਿਹਾ ਕਰੋ 40 ਦਿਨ ਹੋ ਗਏ ਹੁਣ ਬਸ ਕਰ ਜਾਈਏ। ਸਾਧ ਸੰਗਤ ਜੀ, ਪੈਸਾ ਇਕੱਠਾ ਕਰਦੇ ਨਹੀਂ ਬਸ ਕਰਦੇ, ਖੇਤੀ ਕਰਦੇ ਨਹੀਂ ਬਸ ਕਰਦੇ, ਡੰਗਰ ਪਸ਼ੂ ਰੱਖਦੇ ਨਹੀਂ ਬਸ ਕਰਦੇ, ਇਹ ਪਾਠ ਕਰਨ ਲੱਗੇ ਕਿਉਂ ਕਹਿ ਦਿੰਦੇ ਹੁਣ ਅਸੀਂ ਬਸ ਕਰ ਜਾਈਏ? ਕਈ ਜਿਹੜੇ ਪੁਰਾਣੇ ਗੁਰਮੁਖ ਪਿਆਰੇ 5 ਸਾਲ ਤੋਂ ਆਉਂਦੇ ਨੇ, ਉਹਨਾਂ ਕੋਲ ਸ਼ਬਦ ਪਏ ਨੇ, ਜਿਵੇਂ ਸੂਬੇਦਾਰ ਸਾਹਿਬ ਬੈਠੇ ਨੇ ਵਿੱਚ ਤੁਹਾਡੇ, ਇਹਨਾਂ ਨੂੰ 5 ਸ਼ਬਦ ਇਹਨਾਂ ਨੇ 5 ਹੀ। ਮੈਂ ਕਿਹਾ ਕਿੰਨਾ ਕੁ ਕਰਦੇ ਹੋ ਜੀ, ਛੱਡਤਾ? ਕਹਿੰਦੇ ਨਹੀਂ, 5 ਹੀ ਕਰਦਾ, ਸਾਰੇ ਹੀ ਕਰਦਾ। ਕਈ ਕਹਿੰਦੇ ਨੇ ਜੀ ਉਹ ਤਾਂ ਮੈਂ ਛੱਡਤਾ ਸੀ। ਮੈਂ ਪੁੱਛਦਾ ਉਹਨਾਂ ਕਿਹੜਾ ਜਪਦੇ ਸੀ? ਬਾਬੇ ਹੁਣ ਕਿੱਥੇ ਯਾਦ ਹੈ, ਛੱਡੋ ਪਰੇ, ਕੋਈ ਹੋਰ ਲੱਭ ਕੇ ਦੇ ਦਿਓ। ਲੈ ਦੱਸੋ, ਬਾਣੀ ਨਹੀਂ ਯਾਦ, ਭਜਨ ਨਹੀਂ ਯਾਦ। ਇਹ ਨਾ ਕਿਹਾ ਕਰੋ ਕਿ ਹੁਣ ਅਸੀਂ ਕਰਦੇ ਨਹੀਂ ਭਜਨ ਪਾਠ, ਬੰਦਗੀ ਨਹੀਂ ਕਰਦੇ, ਸਗੋਂ ਇਹ ਕਿਹਾ ਕਰੋ ਕਿ ਪਹਿਲਾਂ ਅਸੀਂ 1 ਘੰਟਾ ਕਰਦੇ ਸੀ, ਅੱਧਾ ਘੰਟਾ ਕਰਦੇ ਸੀ, ਹੁਣ 2 ਘੰਟੇ ਕਰਨ ਲੱਗ ਗਏ, ਇਹ ਕਿਹਾ ਕਰੋ। ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਨਾ ਕਿ ਗਰਮੀ ਬਹੁਤ ਹੈ, ਹੁਣ ਤਾਂ ਮੌਸਮ ਬਹੁਤ ਵਧੀਆ, ਜਿੰਨਾ ਚਿਰ ਮਰਜ਼ੀ ਬੈਠ ਸਕਦੇ ਹੋ, ਰਾਤ ਨੂੰ ਵੀ ਭਜਨ ਸਿਮਰਨ ਕਰ ਸਕਦੇ ਹੋ। ਮੈਂ ਉਹਨਾਂ ਸੰਗਤਾਂ ਦਾ ਧੰਨਵਾਦ ਕਰਦਾ, ਸਮਾਂ ਹੋ ਗਿਆ ਪੂਰਾ 2 ਮਿੰਟ ਲਾ ਕੇ ਬਸ ਆਪਾਂ, ਜਿਹੜੀਆਂ ਮੇਰੀਆਂ ਭੈਣਾਂ ਨੇ, ਜਿੱਦਣ ਤੋਂ ਪਤਾ ਹੈ ਉਹਨਾਂ ਨੂੰ ਕਿ ਮਾਤਾ ਜੀ ਬਿਮਾਰ ਹੋਏ ਨੇ, ਉਸ ਦਿਨ ਤੋਂ ਹੀ ਲੈ ਕੇ ਮੈਨੂੰ ਕਹਿੰਦੇ ਜੀ ਤੁਸੀਂ ਨਾ ਆ ਸਟੇਟਸ ਦੇ ਵਿੱਚ ਪਾ ਦਿਓ। ਮੈਂ ਪੁੱਛਿਆ ਕਿਉਂ? ਲੋਕ ਕਹਿਣਗੇ ਖਨੀ ਪੈਸੇ ਇਕੱਠੇ ਕਰਨ ਦੇ ਮਾਰਿਆਂ ਨੇ ਪਾਤਾ, ਵੀ ਮੇਰੀ ਮਾਂ ਬਿਮਾਰ ਹੈ, ਮੈਨੂੰ ਪੈਸਾ ਦਿਓ। ਕਹਿੰਦੇ ਨਹੀਂ ਜੀ, ਤੁਸੀਂ ਇਹ ਸੋਚ ਕੇ ਪਾ ਦਿਓ ਕਿ ਬਾਬਾ ਜੀਆਂ ਦੀ ਮਾਤਾ ਜੀ ਬਿਮਾਰ ਨੇ, ਅਸੀਂ ਉਹਨਾਂ ਵਾਸਤੇ ਪਾਠ ਕਰਨਾ ਹੈ।
ਮੈਂ ਕਿਹਾ ਹੋ ਸਕਦਾ, ਇਹ ਹੋ ਸਕਦਾ ਵੀ ਮੇਰੇ ਬਿਨਾਂ ਕਹੇ ਤੋਂ ਕੋਈ ਪਾਠ ਕਰੋ? ਕਹਿੰਦੇ ਤੁਸੀਂ ਪਾ ਦਿਓ ਫਿਰ ਦੇਖਦੇ ਆ। ਸਾਡੀ ਬੇਟੀ ਹੈ ਗੁਆਰੇ ਤੋਂ, ਉਹਨਾਂ ਨੇ ਸਹਿਜ ਪਾਠ ਪ੍ਰਾਰੰਭ ਕੀਤਾ ਜਿਨ੍ਹਾਂ ਦਾ ਆਪਾਂ ਨੇ ਹੁਣ ਭੋਗ ਪਾਇਆ। ਸਾਧ ਸੰਗਤ ਜੀਓ, ਆ ਭੈਣਾਂ ਬੈਠੀਆਂ ਨੇ ਲਾਡੇਵਾਲ ਤੋਂ, ਜਿਨ੍ਹਾਂ ਨੇ ਹਰ ਇੱਕ ਸੰਗਰਾਂਦ ਦਾ ਦੀਵਾਨ ਆਪਣੇ ਨਗਰ ਵਿੱਚ ਲਿਆ। ਭਾਈ ਸਾਹਿਬ ਨਾਲ ਬੈਠੇ ਨੇ ਜਿਨ੍ਹਾਂ ਨੇ ਮੂਲ ਮੰਤਰ ਦੇ ਪਤਾ ਹੀ ਨਹੀਂ ਕਿੰਨੇ ਕੁ ਪਾਠ ਕਰਤੇ, ਜਪ ਜੀ ਸਾਹਿਬ ਦੇ ਪਾਠ ਕੀਤੇ, ਸੁਖਮਨੀ ਸਾਹਿਬ ਦੇ ਪਾਠ ਕੀਤੇ ਨੇ। ਹੁਣ ਸਾਧ ਸੰਗਤ ਜੀ, ਮੈਂ ਉਸ ਭੈਣ ਦਾ ਬਹੁਤ ਧੰਨਵਾਦ ਕੀਤਾ ਕਿ ਮੈਂ ਤਾਂ ਸੋਚਿਆ ਸੀ, ਕਿਉਂਕਿ ਜਿਵੇਂ ਹੁਣ ਆਪਾਂ ਸਮਾਗਮ ਕਰਦੇ ਹਾਂ, ਕਈ ਵਾਰੀ ਕਿਸੇ ਦੇ ਮਨ 'ਚ ਆ ਜਾਂਦੇ ਵੀ ਕਿਤੇ ਮਾਇਆ ਕਰਕੇ ਨਾ ਕਰਦੇ ਹੋਣ, ਫਿਰ ਮੈਨੂੰ ਔਖਾ ਲੱਗਦਾ, ਕਿਉਂਕਿ ਕੋਈ ਇਹ ਨਾ ਕਹੇ ਕਿ ਪੈਸੇ ਮੰਗਣ ਲੱਗ ਗਏ। ਇਹ ਜਿਹਨੇ ਹਟਣਾ ਹੁੰਦਾ ਉਹ ਇਹ ਗੱਲ ਕਹਿ ਦਿੰਦਾ ਵੀ ਬਾਬੇ ਪੈਸੇ ਮੰਗਣ ਲੱਗ ਗਏ, ਪਰ ਮੈਂ ਮੰਗ ਕੇ ਰਾਜ਼ੀ ਨਹੀਂ, ਕਿਉਂਕਿ ਤੁਹਾਨੂੰ ਕਿਹੜਾ ਪਤਾ ਨਹੀਂ, ਮੈਂ ਕੋਈ ਖੇਤੀ ਨਹੀਂ ਕਰਦਾ, ਮੈਂ ਕੋਈ ਨੌਕਰੀ ਨਹੀਂ ਕਰਦਾ, ਮੈਂ ਤੁਹਾਡੀ ਸੇਵਾ ਕਰਦਾ, ਫਿਰ ਇਹ ਲੰਗਰ ਕਿਹਨੇ ਚਲਾਉਣੇ ਨੇ ਭਾਈ? ਹੁਣ ਜੇ ਡਾਕਟਰ ਪੈਸੇ ਮੰਗਦੇ ਨੇ ਕਿਹਨੇ ਦੇਣੇ ਨੇ? ਤੁਸੀਂ ਮੇਰੀ ਇੰਨੀਆਂ ਭੈਣਾਂ, ਇੰਨੇ ਭਰਾ ਹੋ। ਹੁਣ ਸਾਧ ਸੰਗਤ ਜੀ, ਆਪਾਂ ਰਲ ਕੇ ਜੇ 100-100 ਰੁਪਈਆ ਵੀ ਦਈਏ ਤਾਂ ਵੀ ਡਾਕਟਰਾਂ ਦਾ ਢਿੱਡ ਭਰ ਸਕਦੇ ਹਾਂ। ਜੇ ਮੈਂ ਇਕੱਲਾ ਦਵਾਂ ਫਿਰ ਮੈਨੂੰ ਬੜਾ ਔਖਾ ਹੋ ਜਾਏਗਾ, ਕਿਉਂਕਿ ਮੈਂ ਤਾਂ ਤੁਹਾਡੇ ਤੋਂ ਅਲੱਗ ਤੋਂ ਕਦੇ ਇੱਕ ਵੀ ਪ੍ਰੇਮੀ ਕਹਿ ਦੇਵੇ ਪਾਠ ਦੀ ਭੇਟਾ ਤੋਂ ਬਿਨਾਂ ਕੋਈ ਪੈਸਾ ਮੰਗਿਆ ਹੋਵੇ ਵੀ ਇੰਨੇ ਦੇ ਕੇ ਜਾਓ ਜੀ, ਇੰਨੇ ਚਾਹੀਦੇ ਨੇ, ਨਹੀਂ। ਸਾਧ ਸੰਗਤ ਜੀ, ਤੁਸੀਂ ਆਸ਼ੀਰਵਾਦ ਹੀ ਦੇ ਦਿਓ, ਮੇਰੇ ਵਾਸਤੇ ਬਹੁਤ ਹੈ। ਆਪਾਂ ਰਲ ਮਿਲ ਕੇ ਹੀ ਸੇਵਾ ਕਰਨੀ ਹੁੰਦੀ ਹੈ, ਤੁਸੀਂ ਸਭ ਜਾਣਦੇ ਹੋ, ਅਲੱਗ ਤੋਂ ਫੀਸ ਕੋਈ ਨਹੀਂ। ਹੁਣ ਦੇਖੋ, ਮੈਨੂੰ ਕੱਲ੍ਹ ਪੁੱਛਿਆ ਤੁਸੀਂ ਕੀ ਬਣਾ ਰਹੇ ਹੋ, ਮਖਾ ਜੀ ਮਨਿੰਦਰ ਸਿੰਘ ਹੋਣਾ ਨੇ ਸੇਵਾ ਲਈ ਸੀ, ਕੇਕ ਲੈ ਕੇ ਆਵਾਂਗੇ, 5 ਕਿਲੋ ਕੇਕ ਸਾਰੀਆਂ ਸੰਗਤਾਂ 'ਚ। ਮੇਰੇ ਤੋਂ ਤਾਂ ਕਿਸੇ ਸੰਗਤ ਨਾਲ ਸੰਪਰਕ ਹੀ ਨਹੀਂ ਹੋਇਆ। ਆ ਜਿਹੜੇ ਤੁਸੀਂ ਬੈਠੇ ਹੋ ਨਾ, ਮੈਂ ਕਿਸੇ ਨੂੰ ਇਹ ਨਹੀਂ, ਅਲੱਗ ਤੋਂ ਨਹੀਂ ਫੋਨ ਕਰ ਕਰਕੇ ਤੁਸੀਂ ਆਇਓ ਆਇਓ ਵਾਲੀ ਗੱਲ ਨਹੀਂ। ਇਹ ਉਹ ਮੇਰੀਆਂ ਭੈਣਾਂ, ਮੇਰੇ ਭਰਾ ਬੈਠੇ ਨੇ ਜਿਨ੍ਹਾਂ ਨੂੰ ਮੇਰੇ ਨਾਲ ਪ੍ਰੇਮ, ਮੈਨੂੰ ਆਸ਼ੀਰਵਾਦ ਦੇਣ ਵਾਸਤੇ, ਔਰ ਮੇਰੀ ਮਾਤਾ ਜੀ ਵਾਸਤੇ ਜਿਨ੍ਹਾਂ ਨੇ ਪਾਠ ਕੀਤੇ ਨੇ, ਉਹਨਾਂ ਦੀ ਦੇਹ ਅਰੋਗਤਾ ਦੀ ਅਰਦਾਸ ਵਿੱਚ ਪਹੁੰਚਣ ਵਾਸਤੇ। ਭੈਣ ਜੀ ਕਹਿੰਦੇ ਕੀ ਬਣਾਓਗੇ? ਮੈਂ ਕਿਹਾ ਬਣਾਉਣਾ ਤਾਂ ਕੇਕ, ਮੰਗਾਉਣਾ ਤਾਂ ਕੇਕ ਸੀ ਆਪਾਂ ਨੇ, ਪੋਸਟਰ ਦੇ ਉੱਤੇ ਵੀ ਈਸ਼ਵਰ ਹੋਣਾ ਨੇ ਕੇਕ ਹੀ ਲਿਖਿਆ, ਕੇਕ ਦਾ ਲੰਗਰ ਹੀ ਲਿਖਤਾ ਉਹਨਾਂ ਨੇ। ਇੱਕ ਦੋ ਪ੍ਰੇਮੀਆਂ ਨੂੰ ਬੜੀ ਟੈਨਸ਼ਨ ਹੋ ਗਈ ਵੀ ਕੇਕ ਦਾ ਲੰਗਰ ਲਾਉਣਗੇ, ਉਹ ਵਿਚਾਰੇ ਡਰ ਗਏ, ਉਹ ਮੈਨੂੰ ਲਿਖਣ ਲੱਗ ਗਏ ਜੀ ਕੇਕ ਦਾ ਲੰਗਰ। ਮੈਂ ਕਿਹਾ ਤੂੰ ਡਰਦਾ ਕਾਹਤੇ ਆ ਯਾਰ, ਮੇਰੀ ਮਾਂ ਬਿਮਾਰ ਹੋ ਗਈ, ਹੁਣ ਖੀਰ ਦਾ ਲੰਗਰ ਚਲਾਵਾਂਗੇ, ਤੇਰੀ ਭਾਵਨਾ ਪੂਰੀ ਹੋ ਗਈ ਵੀ ਕੇਕ ਦਾ ਲੰਗਰ ਹੀ ਨਹੀਂ ਹੁੰਦਾ। ਜਿਹੜੀ ਚੀਜ਼ ਸੰਗਤ ਵਿੱਚ ਵਰਤ ਰਹੀ ਹੈ ਉਹ ਲੰਗਰ ਹੀ ਹੈ, ਜਿਹੜੀ ਚੀਜ਼ ਸੰਗਤ ਦੇ ਵਿੱਚ ਵਰਤ ਰਹੀ ਹੈ ਲੰਗਰ ਹੀ ਹੈ। ਹੁਣ ਜੇ ਤਾਂ ਸਟਾਲਾਂ ਲੱਗੀਆਂ ਹੋਣ ਉਹਨੂੰ ਲੰਗਰ ਥੋੜੋ ਕਹੀਦਾ ਹੁੰਦਾ? ਇੰਨੀ ਕੁ ਵੀ ਮਤ ਨਹੀਂ ਹੁੰਦੀ ਕਈ ਮੂਰਖ ਲੋਕਾਂ ਦੀ। ਸੋ ਭੈਣ ਜੀ ਉਹਨਾਂ ਨੇ ਜਿੰਨੀ ਖੀਰ ਦੀ ਸੇਵਾ, ਦੁੱਧ ਦੀ। ਸੋ ਮੇਰਾ ਕਹਿਣ ਦਾ ਮਤਲਬ ਹੈ, ਤੁਸੀਂ ਹਰ ਹਫ਼ਤੇ ਆਉਂਦੇ ਹੋ, ਮੈਨੂੰ ਆਸ਼ੀਰਵਾਦ ਦੇਣ ਆਉਂਦੇ ਹੋ, ਇਸ ਅਸਥਾਨ 'ਤੇ ਚਰਨ ਪਾਉਂਦੇ ਹੋ, ਵਾਹਿਗੁਰੂ ਵਾਹਿਗੁਰੂ ਕਰਦੇ ਆਉਂਦੇ ਹੋ, ਅਸੀਸਾਂ ਦਿੰਦੇ ਹੋ। ਨਾਲ ਦੇ ਘਰ ਹੋਰ ਵੀ ਹੈਗੇ ਨੇ, ਸਾਡਾ ਸਾਰਾ ਪਿੰਡ ਵੱਸਦਾ। ਕਿਸ ਘਰ ਦੇ ਵਿੱਚ ਸਤਸੰਗਤ ਹਰ ਇੱਕ ਮਹੀਨੇ ਹੁੰਦਾ, ਕਿਸ ਘਰ ਦੇ ਵਿੱਚ ਇੰਨੀਆਂ ਸੰਗਤਾਂ ਆਸ਼ੀਰਵਾਦ ਦੇਣ ਵਾਸਤੇ ਆਉਂਦੀਆਂ ਨੇ, ਮੇਰੇ ਬਹੁਤ ਵੱਡੇ ਭਾਗ ਨੇ। ਤੁਸੀਂ ਆਸ਼ੀਰਵਾਦ ਦੇਣ ਵਾਸਤੇ ਆਉਂਦੇ ਹੋ, ਸਾਡਾ ਵੀ ਭਲਾ ਕਰਦੇ ਹੋ, ਆਸ਼ੀਰਵਾਦ ਦੇ ਕਰਕੇ ਸਾਡੇ ਨਗਰ ਦੇ ਵਿੱਚ ਸੰਗਤਾਂ ਦੇ ਚਰਨ ਪੈਂਦੇ ਨੇ, ਬਹੁਤ ਧੰਨਵਾਦ ਹੈ। ਅੱਜ ਨਹੀਂ ਤਾਂ ਕੱਲ੍ਹ ਇੱਥੇ ਬਹੁਤ ਵੱਡੇ ਵੱਡੇ ਅਸਥਾਨ ਬਣੇ ਹੋਣਗੇ,
ਸਾਧ ਸੰਗਤ ਜੀ ਦੂਰੋਂ ਦੂਰੋਂ ਹੁਣ ਵੀ ਇੱਥੇ ਹੁਸ਼ਿਆਰਪੁਰ ਤੋਂ ਭੈਣ ਜੀ ਆਏ ਹੋਏ ਨੇ, ਜਿਹੜੇ ਕੱਲ੍ਹ ਤੋਂ ਲੈ ਕੇ ਸੇਵਾ ਕਰਦੇ ਨੇ, ਜਿਹਨਾਂ ਦੀਆਂ ਬੇਟੀਆਂ ਇੰਗਲੈਂਡ ਦੇ ਵਿੱਚ ਨੇ, ਉਹ ਵੀ ਆਉਣ ਵਾਲੇ ਨੇ ਥੋੜ੍ਹੇ ਸਮੇਂ ਤੱਕ ਆ ਕੇ ਆਪਾਂ ਨੂੰ ਆਸ਼ੀਰਵਾਦ ਦੇਣਗੇ। ਸੋ ਮੇਰਾ ਕਹਿਣ ਦਾ ਮਤਲਬ ਹੈ, ਜਦੋਂ ਮੈਂ ਸੱਚ 'ਤੇ ਚੱਲਾਂਗਾ, ਜਦੋਂ ਮੈਂ ਗੁਰਬਾਣੀ 'ਤੇ ਚੱਲਾਂਗਾ, ਮੈਂ ਖੁਦ ਗੁਰਬਾਣੀ ਪੜ੍ਹਾਂਗਾ, ਪੜ੍ਹਾਵਾਂਗਾ ਤੁਹਾਨੂੰ ਸਾਰਿਆਂ ਨੂੰ ਬਾਣੀ, ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪੂਜਾ ਕੀਤੀ, ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਹਦੀ ਪੂਜਾ ਹੋਣ ਲਾ ਦਿੱਤੀ। ਸਾਧੂ ਸੰਤਾਂ ਦੀ ਪੂਜਾ ਕਿਉਂ ਹੁੰਦੀ? ਕਿਉਂਕਿ ਗੁਰਬਾਣੀ ਪੜ੍ਹਦੇ, ਗੁਰਬਾਣੀ ਪੜ੍ਹਾਉਂਦੇ। ਇਸ ਕਰਕੇ ਸਾਧ ਸੰਗਤ ਜੀ, ਆਪਾਂ ਬੰਦਗੀ ਵਾਲੇ ਪਾਸੇ ਲੱਗੇ ਰਹਿਣਾ ਹੈ। ਪ੍ਰੇਮਾ ਹੁਣ ਬੇਨਤੀਆਂ ਕਰਦੇ ਹੋ, ਕੀ ਪੜ੍ਹਦੇ ਹੋ ਤੁਸੀਂ? ਕਹਿੰਦੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਐਸੀ ਬਾਣੀ ਪੜ੍ਹਦੇ ਹਾਂ ਜਿਹੜੇ ਸਾਰੇ ਕਸ਼ਟ ਕੱਟਣ ਵਾਲੀ ਬਾਣੀ ਹੈ। ਕਿਹਦੀ ਹੈ ਬਾਣੀ? ਕਹਿੰਦੇ ਧੁਰ ਦਰਗਾਹ ਦੇ ਵਿੱਚੋਂ ਆਈ ਹੈ। ਆਪਾਂ ਵੀ ਪੜ੍ਹ ਲਈਏ ਇਹ ਬਾਣੀ, ਧੁਰ ਦਰਗਾਹ ਦੇ ਵਿੱਚੋਂ ਆਈ, ਪਾਪੀਆਂ ਦੇ ਤਾਰਨੇ ਨੂੰ। ਸਾਧ ਸੰਗਤ ਜੀ ਕਹਿੰਦਾ ਫਿਰ ਮੈਨੂੰ ਲੈ ਕੇ ਚੱਲੋ ਨਾਲ। ਉਹਨੂੰ ਨਾਲ ਹੀ ਲੈ ਗਏ, ਸੱਚੇ ਪਾਤਸ਼ਾਹ ਦਾ ਦਰਬਾਰ ਦਿਖਦਾ ਆ ਉਹ ਸਾਹਮਣੇ। ਕਹਿੰਦਾ ਇਉਂ ਕਰੋ, ਮੇਰੇ ਹਜੇ ਕਰਮ ਨਹੀਂ ਸਤਿਗੁਰਾਂ ਦੇ ਦੀਦਾਰ ਕਰਨ, ਦੀਦਾਰ ਕਰਾਂ ਮੈਂ ਜਾ ਕੇ, ਬਸ ਮੈਂ ਤਰਸ ਮੰਗਦਾ ਉਹਨਾਂ ਦਾ, ਰਹਿਮਤਾਂ ਮੰਗਦਾ, ਮੈਨੂੰ ਬਾਹਰ ਜੋੜਿਆਂ ਦੇ ਵਿੱਚ ਹੀ ਬਿਠਾ ਜਾਓ, ਮੈਂ ਨਹੀਂ ਅੰਦਰ ਜਾ ਸਕਦਾ, ਮੇਰੇ ਕਰਮ ਬੜੇ ਮਾੜੇ ਨੇ। ਬਸ ਉੱਥੇ ਬੈਠ ਗਿਆ। ਸੰਗਤਾਂ ਅੰਦਰ ਜਾਂਦੀਆਂ, ਸੰਗਤਾਂ ਦੀ ਚਰਨ ਧੂੜ ਉੱਡ ਉੱਡ ਕੇ ਉਹਦੇ 'ਤੇ ਪੈਂਦੀ ਹੈ। ਅੱਜ ਉਹਦਾ ਇੱਕ ਚੰਗਾ ਕਰਮ ਜਾਗਿਆ। ਆਓ ਆਉਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੀਦਾਰ ਦੇਣ। ਉੱਚੀ ਉੱਚੀ ਪਤਾ ਕੀ ਕਹਿੰਦਾ? ਉਹ ਮਾੜੇ ਕਰਮਾਂ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ ਕਰਕੇ ਮੇਲਵਾ ਕੇ ਗੁਰੂ। ਮਾੜੇ ਕਰਮਾਂ ਨੇ ਵਿਛੋੜਿਆ ਤੇਰਿਆਂ ਚਰਨਾਂ ਤੋਂ, ਕਿਰਪਾ ਕਰਕੇ ਮੇਲੋ ਵਾਹਿਗੁਰੂ। ਵਿਛੋੜਿਆ ਤੇਰੇ ਚਰਨਾਂ ਬੋਲੋ 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 ਕਰਕੇ ਮੇਲ ਵਾਹਿਗੁਰੂ। ਮਾੜੇ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਮੇਲ ਵਾਹਿਗੁਰੂ। ਬਈ ਕਿਰਪਾ ਕਰਕੇ ਮੇਲ ਵਾਹਿਗੁਰੂ। ਮਾੜੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਮੇਲ ਵਾਹਿਗੁਰੂ। ਮੇਰੇ ਵਾਹਿਗੁਰੂ ਕਿਰਪਾ ਕਰਕੇ ਮੇਲ, ਮੇਰੇ ਵਾਹਿਗੁਰੂ ਕਿਰਪਾ ਕਰਕੇ ਮੇਲੀ ਵਾਹਿਗੁਰੂ। ਮੇਰੇ ਵਾਹਿਗੁਰੂ ਕਿਰਪਾ ਕਰਕੇ ਮੇਲੀ, ਮੇਲੀ ਵਾਹਿਗੁਰੂ ਮੇਰੇ। ਮਾੜੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਮਾੜੇ ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਕਰਕੇ ਮੇਲੀ ਵਾਹਿਗੁਰੂ। ਕਰਕੇ ਮੇਲੀ ਵਾਹਿਗੁਰੂ। ਕਰਮਾਂ ਨੇ ਵਿਛੋੜਿਆ ਤੇਰੇ ਚਰਨਾਂ ਤੋਂ, ਕਰਕੇ ਮੇਲੀ ਵਾਹਿਗੁਰੂ।
ਆਓ ਸਤਿਗੁਰ ਤੁਰੇ ਆ ਰਹੇ ਨੇ ਨਜ਼ਦੀਕ ਆਏ ਸਿਰ ਤੇ ਹੱਥ ਰੱਖਿਆ ਕਹਿੰਦੇ ਆ ਗਿਆ ਪ੍ਰੇਮਿਆ ਕਹਿੰਦਾ ਹਾਂ ਮਹਾਰਾਜ ਜੀ ਆ ਤਾਂ ਮੈਂ ਕਦੋਂ ਦਾ ਗਿਆ ਸੀ ਮੇਰੇ ਕਰਮ ਨਹੀਂ ਸੀ ਬਣੇ ਅਸੀਂ ਵਿਚਾਰ ਸ਼ੁਰੂ ਕਰ ਰਹੇ ਸਾਂ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਅਸੀਂ ਕਹਿ ਰਹੇ ਸਾਂ ਦੱਦਾ ਦੋਸ਼ ਨਾ ਦਿਓ ਕਿਸੇ ਦੋਸ਼ ਕਰਮਾ ਆਪਣਿਆ ਹੇ ਮਹਾਰਾਜ ਬੜਾ ਮਾੜਾ ਕਰਮ ਸੀ ਮੇਰਾ ਜਿਹੜੇ ਕਰਮ ਨੇ ਤੇਰੇ ਚਰਨਾਂ ਤੋਂ ਵਿਛੋੜਾ ਪਵਾ ਦਿੱਤਾ ਸੀ ਅੱਜ ਤੁਸੀਂ ਦਇਆ ਕਰ ਦਿੱਤੀ ਰਹਿਮਤ ਕਰ ਦਿੱਤੀ ਆ ਮੇਰਾ ਰੋਗ ਮਹਾਰਾਜ ਜੀ ਹਟ ਗਿਆ ਪਰ ਮੇਰੇ ਜ਼ਖਮ ਬੜੇ ਨੇ ਕਿਰਪਾ ਕਰੋ ਮੇਰੇ ਰੋਗ ਮੁੱਕ ਜਾਏ ਰੋਗ ਖਤਮ ਹੋ ਜਾਏ ਜਦੋਂ ਇਸ ਤਰ੍ਹਾਂ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਜਿਹੜਾ ਸਤਿਗੁਰਾਂ ਦੇ ਸਰੀਰ ਨੂੰ ਜਲ ਲੱਗ ਕੇ ਉਧਰਲੇ ਪਾਸੇ ਗਿਆ ਸੀ ਉਸ ਜਲ ਦੇ ਵਿੱਚ ਜਦੋਂ ਇਹਦਾ ਇਸ਼ਨਾਨ ਕਰਵਾ ਦਿੱਤਾ ਪ੍ਰੇਮਾ ਕੋੜੀ ਨਹੀਂ ਰਿਹਾ ਕੰਚਨ ਵਰਗੀ ਕੁੰਦਨ ਵਰਗੀ ਦੇਗੀ ਪ੍ਰੇਮੇ ਦੀ ਹੋ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰਾ ਰੋਗ ਕੱਟ ਦਿੱਤਾ ਸਾਰਾ ਦੁੱਖ ਕੱਟ ਦਿੱਤਾ ਮਨ ਵੀ ਨਿਰਮਲ ਹੋ ਗਿਆ ਤਨ ਵੀ ਨਿਰਮਲ ਹੋ ਗਿਆ ਸਾਧ ਸੰਗਤ ਜੀ ਅੱਜ ਤੁਸੀਂ ਇੱਥੇ ਮਾਤਾ ਜੀ ਦੀ ਦੇਹ ਅਰੋਗਤਾ ਦੀ ਅਰਦਾਸ ਕਰਨ ਵਾਸਤੇ ਆਏ ਹੋ ਆਪ ਸਾਰੀਆਂ ਸੰਗਤਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜੋ ਕਿ ਆਪ ਜੀਆਂ ਨੇ ਉਪਰਾਲਾ ਕੀਤਾ ਉਦਮ ਕੀਤਾ ਕਿ ਪਹੁੰਚੇ ਹੋ ਇਸ ਸਥਾਨ ਤੇ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਬਣਾਉਣਾ ਕੀਤਾ ਹੈ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੁਣ ਸਾਧ ਸੰਗਤ ਜੀ ਹਰਮਨਜੋਤ ਸਿੰਘ ਨੇ ਮੇਰੇ ਜਨਮ ਦਿਨ ਦੇ ਵਾਸਤੇ ਸ਼ਬਦ ਤਿਆਰ ਕੀਤਾ ਸੀ ਬੜੀ ਮਿਹਨਤ ਦੇ ਨਾਲ ਬੜੇ ਪ੍ਰੇਮ ਦੇ ਨਾਲ ਫਿਰ ਇਹਦਾ ਮਨ ਦਾ ਸੰਕਲਪ ਤਾਂ ਸੀ ਕਿ ਐਂ ਕੇਕ ਰੱਖਿਆ ਹੋਊਗਾ ਐਂ ਅਸੀਂ ਸਾਰੇ ਜਾਣੇ ਖੜੇ ਹੋਵਾਂਗੇ ਤੇ ਕਹਿੰਦਾ ਮੈਂ ਗਾਵਾਂਗਾ ਇਹਦੀ ਇੱਛਾ ਸੀ ਚਲੋ ਆਪਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਂ ਕੜਾ ਪ੍ਰਸ਼ਾਦ ਦੀ ਦੇਗ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੈ ਔਰ ਆਪਾਂ ਸਾਰੇ ਸਤਿਗੁਰਾਂ ਦੀ ਹਜ਼ੂਰੀ 'ਚ ਹਾਂ ਇਹਦੇ ਮਨ ਦਾ ਸੰਕਲਪ ਹੈ ਔਰ ਸਾਧ ਸੰਗਤ ਜੀ ਇਹ ਸ਼ਬਦ ਗਾਵੇਗਾ ਪੂਤਾ ਮਾਤਾ ਕੀ ਆਸੀਸ ਨਿਮਕ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਆਪਾਂ ਇਹ ਸ਼ਬਦ ਸੁਣਨਾ ਗਾ ਜੋ ਕਿ ਆਪਣੀ ਮਾਤਾ ਜੀ ਵੱਲੋਂ ਆਪਾਂ ਨੂੰ ਅਸੀਸ ਦਿੱਤੀ ਜਾ ਰਹੀ ਹੈ ਬੀਬੀ ਭਾਨੀ ਜੀ ਵੱਲੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਅਸੀਸ ਦਿੱਤੀ ਜਾ ਰਹੀ ਹੈ ਔਰ ਤੁਸੀਂ ਸਾਰੇ ਮੇਰੇ ਇਸ ਜਨਮ ਦਿਨ ਤੇ ਮੈਨੂੰ ਅਸੀਸ ਦੇ ਰਹੇ ਹੋ ਉਹਦੇ ਪ੍ਰਥਾਏ ਸ਼ਬਦ ਹੈ ਮੈਂ ਆ ਧਾਰਨਾ ਪੜਾਂਗਾ ਉਪਰੰਤ ਇਹ ਸ਼ਬਦ ਪੜਨਗੇ ਫਿਰ ਅਰਦਾਸ ਬੇਨਤੀ ਹੁਕਮਨਾਮਾ ਹੋਵੇਗਾ ਭਾਈ ਨਾਮ ਜਪੀਏ ਤੇ ਨਾਮ ਜਪਾਈਏ ਐਸੀ ਕਿਰਪਾ ਕਰਦੇ ਮਾਲਕਾ ਨਾਮ ਜਪੀਏ ਤੇ ਨਾਮ ਜਪਾਈਏ ਐਸੀ ਕਿਰਪਾ ਕਰਦੇ ਮਾਲਕਾ ਨਾਮ ਜਪਾਈਏ ਪਾਈਏ
ਕਰਦੇ ਮਾਲਕਾ ਨਾਮ ਜੀਏ ਦਾ ਨਾਮ ਜਪਾਈਏ ਕਰਦੇ ਮਾਲਕਾ ਐਸੀ ਕਿਰਪਾ ਜੀ ਕਰਦੇ ਐਸੀ ਕਿਰਪਾ ਜੀ ਕਰਦੇ ਮਾਲਕਾ ਕਿਰਪਾ ਜੀ ਕਰਦੇ ਮਾਲਕਾ ਕਿਰਪਾ ਜੀ ਕਰਦੇ ਮਾਲਕਾ ਕਿਰਪਾ ਜੀ ਕਰਦੇ ਮਾਲਕਾ ਨਾਮ ਜਪੀਏ ਤੇ ਨਾਮ ਜਪਾਈਏ ਜਪੀਏ ਤੇ ਨਾਮ ਜਪਾਈਏ ਨਾਮ ਜਪਾਈਏ ਨਾਮ ਜਪੀਏ ਤੇ ਨਾਮ ਜਪਾਈਏ ਜਪੀਏ ਤੇ ਨਾਮ ਜਪਾਈਏ ਪੀਏ ਤੇ ਨਾਮ ਜਪਾਈਏ ਤੇ ਨਾਮ ਬਈ ਐਸੀ ਕਿਰਪਾ ਕਰ ਦੇਵਾ ਕੇ ਗੁਰੂ ਨਾਮ ਜਪੀਏ ਤੇ ਨਾਮ ਜਪੀਏ ਤੇ ਨਾਮ ਜਪਾਈਏ ਐਸੀ ਕਿਰਪਾ ਕਰ ਦੇ ਵਾਹਿਗੁਰੂ ਜਪੀਏ ਤੇ ਨਾਮ ਜਪਾਈਏ ਕਿਰਪਾ ਕਰ ਦੇ ਵਾਹਿਗੁਰੂ ਨਾਮ ਜਪੀਏ ਨਾਮ ਜਪਾਈਏ ਕਰ ਦੇ ਵਾਹਿਗੁਰੂ ਇਤਨੀ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ ਸਾਧ ਸੰਗਤ ਜੀ ਬਹੁਤ ਬਹੁਤ ਧੰਨਵਾਦ ਜੋ ਆਪ ਸਭ ਸੰਗਤਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚੇ ਹੋ ਹਰਮਨਜੋਤ ਸਿੰਘ ਖਾਲਸਾ ਸ਼ਬਦ ਪੜ੍ਹ ਕੇ ਆਪ ਸੰਗਤਾਂ ਦੀਆਂ ਅਸੀਸਾਂ ਲੈਣਗੇ ਦੇਵੋ ਅਸੀਸ ਬੁਲਾਓ ਫਤਿਹ ਸਭ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਿਮਰਤ ਸਭ ਕਿਲ ਬਿਖ ਨਾਸੈ ਪਿਤਰੀ
ਸਿਮਰਤ ਆਨੰਦ ਅਨੰਤਾ ਅੰਮ੍ਰਿਤ ਪੀ
ਮਾਤਾ ਕੀ ਆਸੀਸ। ਸਤਿਗੁਰ ਬਖਸ਼ ਦੇ ਖਜ਼ਾਨੇ ਹਰ ਕੇ ਨਾਮ ਦੇ, ਕੌਡੀ ਇੱਕ ਲੈ ਕੇ ਪ੍ਰੇਮ ਦੀ। ਬਖਸ਼ ਦੇ ਖਜ਼ਾਨੇ ਹਰ ਕੇ ਨਾਮ ਦੇ, ਕੌਡੀ ਇੱਕ ਲੈ ਕੇ ਪ੍ਰੇਮ ਦੀ। ਸਤਿਗੁਰ ਬਖਸ਼ ਦੇ ਖਜ਼ਾਨੇ ਹਰ ਕੇ ਨਾਮ ਦੇ, 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 ਕੌਡੀ ਇੱਕ ਲੈ ਕੇ ਪ੍ਰੇਮ ਦੀ। ਸਤਿਗੁਰ ਬਖਸ਼ ਦੇ ਖਜ਼ਾਨੇ ਹਰ ਕੇ ਨਾਮ ਦੇ, ਕੌਡੀ ਇੱਕ ਲੈ ਕੇ ਪ੍ਰੇਮ ਦੀ। ਮੇਰੇ ਪਿਆਰੇ ਕੌਡੀ ਇੱਕ ਲੈ ਕੇ ਪ੍ਰੇਮ ਦੀ, ਵਾਵਾ ਵਾਵਾ ਕੌਡੀ ਇੱਕ ਲੈ ਕੇ ਪ੍ਰੇਮ ਦੀ। ਸਤਿਗੁਰ ਬਖਸ਼ ਦੇ ਖਜ਼ਾਨੇ ਹਰ ਕੇ ਨਾਮ ਦੇ, ਖਜ਼ਾਨੇ ਹਰ ਕੇ ਨਾਮ ਦੇ, ਖਜ਼ਾਨੇ ਹਰ ਕੇ ਨਾਮ ਦੇ ਜੀ, ਕੌਡੀ ਇੱਕ ਲੈ ਕੇ ਪ੍ਰੇਮ ਦੀ। ਸਤਿਗੁਰ ਬਖਸ਼ ਦੇ ਖਜ਼ਾਨੇ ਹਰ ਕੇ ਨਾਮ ਦੇ, ਕੌਡੀ ਇੱਕ ਲੈ ਕੇ ਪ੍ਰੇਮ ਦੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇੱਕ ਬੇਨਤੀ ਕੀਤੀ ਜਾਂਦੀ ਹੈ ਵੀ ਜਦੋਂ ਕੋਈ ਵੀ ਕਾਰਜ ਰੱਖੇ ਜਾਂਦੇ ਨੇ, ਸੰਤ ਮਹਾਂਪੁਰਖ ਰੱਖਦੇ ਨੇ, ਇਹਦਾ ਮਤਲਬ ਇਹੀ ਹੁੰਦਾ ਵੀ ਸੰਗਤਾਂ ਨੂੰ ਜੋੜਿਆ ਜਾਂਦਾ ਆਪਦੇ ਨਾਲ ਨਹੀਂ ਗੁਰੂ ਚਰਨਾਂ ਨਾਲ। ਜਨਮ ਦਿਹਾੜੇ, ਹੋਰ ਕਈ ਸਮਾਗਮ ਜੋ ਰੱਖੇ ਜਾਂਦੇ ਨੇ, ਇਹਦਾ ਇੱਕ ਬਹਾਨਾ ਹੀ ਹੁੰਦਾ। ਅਸਲ ਮੁੱਦਾ ਤੇ ਬਸ ਮਾਰਦੇ ਪ੍ਰੀਤੀ ਚਰਨਾਂ ਕਮਲਾਂ ਨਾਲ ਜੋੜਨੀ ਹੁੰਦੀ ਹੈ। ਬਸ ਇਹੀ ਬੇਨਤੀ ਕਰਨੀ ਅਸੀਂ ਅੱਗੇ ਗੁਰੂ ਨਾਨਕ ਦੇਵ ਮਹਾਰਾਜ 550 ਸਾਲ ਆਉਂਦਾ ਸੰਗਤ ਜੀ ਉਤਸ਼ਾਹ ਨਾਲ ਮਨਾਉਣਗੇ। ਹੁਣ ਕਈਆਂ ਨੇ 550 ਸਾਲ ਮਨਾਉਣਾ ਤੇ ਕਈਆਂ ਨੇ ਰਾਤੀ ਬੇਨਤੀ ਹੁੰਦੀ, ਹਜ਼ੂਰ ਸਾਹਿਬ ਵਾਲੇ ਸੰਤਾਂ ਦਾ ਪ੍ਰੋਗਰਾਮ ਸੀਗਾ ਜਲੰਧਰ ਕਰਨੀ, ਕਹਿੰਦੇ 550 ਸਾਲ ਐਤਕੀ ਸੰਗਤਾਂ ਖੁਸ਼ੀਆਂ ਕਰਦੀਆਂ ਨੇ ਮਨਾਉਣਾ, ਕਹਿੰਦੇ ਹਜੇ ਸਮਾਂ ਹੈਗਾ, ਕਹਿੰਦੇ ਪਤਾ ਨਹੀਂ ਅਜੇ ਵੀ ਕਿੱਧਰ ਨੂੰ ਪਾਸਾ ਪਲਟ ਜਾਣਾ, ਕਿਹਨੇ ਮਨਾਉਣਾ ਕਿਹਨੇ ਨਹੀਂ ਮਨਾਉਣਾ, ਅਤੇ ਇਸ ਕਰਕੇ ਸੇਵਾ ਸਿਮਰਨ ਕਰਿਆ ਕਰੀਏ ਵੀ ਮਹਾਰਾਜ ਖੁਸ਼ੀਆਂ ਪ੍ਰਾਪਤ ਕਰਿਆ ਕਰੀਏ, ਗੁਰੂ ਘਰ ਆ ਕੇ ਸੰਗਤਾਂ ਵੱਧ ਤੋਂ ਵੱਧ ਜੁੜਿਆ ਕਰਨ। ਆਓ ਆਨੰਦ ਸਾਹਿਬ ਪੜ੍ਹੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸ਼ਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਹਰ ਨਾਲੋਂ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ। ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ। ਕਹਿ ਨਾਨਕ ਮਨ ਮੇਰੇ, ਸਦਾਰ ਹੋ ਹਰ ਨਾਲੇ। ਕਰਤਾ ਤੇਰਾ ਸਭ ਕਿਛ ਹੈ, ਜਿਸ ਤੇ ਸੋ ਪਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਸੱਚ ਨਾਮ ਮੇਰਾ ਆਧਾਰ, ਸੱਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਸਦਾ ਗੁਰਬਾਣ ਕੀਤਾ ਗੁਰ ਵਡਹੋਂ, ਜਿਸ ਦੀਆਂ ਇਹ ਵਡਿਆਈਆਂ। ਸਾਚਾ ਨਾਮ ਮੇਰਾ ਆਧਾਰੂ, ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ। ਪੰਜ ਤੂਤ ਗੁਰ ਕਰਮ ਪਾਇਆ, ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਜੀ ਆਨੰਦ ਸੁਨੋ ਵਡ ਭਾਗਿਓ, ਸਗਲ ਮਨੋਰਥ ਪੂਰੇ।
ਤੂੰ ਗੁਰੂ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਜ਼ੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਬੋਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੇ ਅੱਗੇ ਅਰਦਾਸ।